ਵਿਰਾਸਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਿਰਰ ਸਿੱਧੂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੁੜ ਚੁੱਕੇ ਹੋਏ ਪ੍ਰੋਗਰਾਮ ਸੱਤ ਸ੍ਰੀ ਅਕਾਲ ਦੇਸੀ ਗੱਲਾਂ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਇੱਕ ਇਨਸਾਨ ਦੇ ਅੰਦਰ ਕਿੰਨਾ ਸਬਰ ਹੋਣਾ ਚਾਹੀਦਾ ਹੈ ਕਿੰਨੀ ਸਾਇੰਸ਼ੀਲਤਾ ਹੋਣੀ ਚਾਹੀਦੀ ਹੈ ਕਿਉਂ ਟਾਈਮ ਨੂੰ ਮੈਨੇਜ ਕਰ ਸਕੇ ਤੇ ਕਿਸੇ ਤੇ ਨਿਰਪਰ ਨਾ ਰਹੇ ਤਾਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਪੈਣ ਕੀਮਤ ਢਿੱਲੋਂ ਪੈਣੀ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਸਸ ਸ੍ਰੀ ਅਕਾਲ ਪੈਣੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਹੁਣ ਕੀ ਹੋ ਰਿਹਾ ਨਾ ਵੀ ਜਿਵੇਂ ਕੋਈ ਬੱਚੇ ਆ ਆਪ ਉਹਨਾਂ ਨੂੰ ਕੁਝ ਵੀ ਸਿਖਾਉਂਦੇ ਨਹੀਂ ਹੈਗੀ ਹਨਾ ਜਮਾ ਫ੍ਰੀ ਰੱਖਦੇ ਆ ਤੇ ਜਦੋਂ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਫਿਰ ਉਹਨਾਂ ਨੂੰ ਜਿਹੜਾ ਟਾਈਮ ਆ ਉਹ ਮੈਨੇਜ ਨਹੀਂ ਕਰਨਾ ਆਉਂਦਾ ਹਨਾ ਜਿਵੇਂ ਹੁਣ ਬੱਚੇ ਆ ਫੋਰਨ ਚਲੇ ਜਾਂਦੇ ਆ ਉੱਥੇ ਬੱਚੇ ਕਈ ਕਹਿੰਦੇ ਆ ਨਾ ਵੀ ਮੇਰੇ ਤੇ ਤਾਂ ਇੰਨਾ ਬੋਝ ਪੈ ਗਿਆ ਕੰਮ ਦਾ ਹਨਾ ਜ ਜਿੰਮੇਵਾਰੀਆਂ ਉਹਦੇ ਤੇ ਉਦੋਂ ਪੈਂਦੀਆਂ ਤੇ ਉਹਨੂੰ ਕੀ ਆ ਟਾਈਮ ਉਹਨੂੰ ਪਤਾ ਨਹੀਂ ਲੱਗਦਾ ਹਨਾ ਵੀ ਮੈਂ ਕਿਵੇਂ ਇਹ ਕਿਹੜੀ ਚੀਜ਼ ਵਾਸਤੇ ਕਿੰਨਾ ਟਾਈਮ ਕਿਵੇਂ ਕੱਢਣਾ ਜਿਵੇਂ ਹੁਣ ਆਪਣੀ ਹੁੰਦਾ ਸੀਗਾ ਹਨਾ ਵੀ ਆਪਾਂ ਨੂੰ ਪੇਰੈਂਟਸ ਸ਼ੁਰੂ ਤੋਂ ਹੀ ਛੋਟੇ ਛੋਟੇ ਹੁੰਦੇ ਆ ਤੇ ਕੰਮ ਲਾ ਦਿੰਦੇ ਸੀਗੇ ਵੀ ਜਾਂ ਤੂੰ ਇੰਨੇ ਕੁ ਜੋਗਾ ਹੈਗਾ ਵੀ ਤੂੰ ਇੰਨੀ ਕਾ ਚੀਜ਼ ਕਰਿਆ ਹਨਾ ਵੀ ਜਾਂ ਕੋਲੀ ਭਾਂਡੀ ਚੱਕ ਲਿਆ ਜੋ ਵੀ ਹੁੰਦਾ ਸੀਗਾ ਵੀ ਜਾਂ ਰੋਟੀ ਆਪਣੀ ਆਪ ਆ ਕੇ ਖਾ ਲਾ ਉਹਨੂੰ ਬੱਚੇ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਮੈਂ ਕਿਹੜਾ ਕੰਮ ਕਿਵੇਂ ਕਰਨਾ ਹਨਾ ਹੁੰਦੇ ਬੱਚਿਆਂ ਨੂੰ ਮੈਨਾਂ ਤਾਂ ਕੋਈ ਕੁਝ ਵੀ ਨਹੀਂ ਸਿਖਾਉਂਦੇ ਉਹਨਾਂ ਨੂੰ ਪੜ੍ਹਾਈ ਤੋਂ ਇਲਾਵਾ ਉਹਨਾਂ ਕੋਲ ਕੁਝ ਪੱਲੇ ਨਹੀਂ ਹੈਗਾ ਹਨਾ ਉਹ ਬਾਕੀ ਚੀਜ਼ਾਂ ਤੋਂ ਦੂਰ ਹੋ ਗਿਆ ਆਪਣੇ ਹੁੰਦਾ ਸੀਗਾ ਵੀ ਆਪਾਂ ਹੁਣ ਚੌਂਦਰੀ ਤੇ ਬੰਦੇ ਹਨਾ ਸਾਰਿਆਂ ਨੇ ਇਕੱਠੇ ਹੋ ਕੇ ਜਦੋਂ ਰੋਟੀ ਵਗੈਰਾ ਪੱਕਦੀ ਹੁੰਦੀ ਸੀਗੀ ਤੇ ਛੋਟੇ ਛੋਟੇ ਹੁੰਦੇ ਸੀਗੇ ਤੇ ਉਦੋਂ ਆਪਾਂ ਵੀ ਵਿੱਚੋਂ ਆਟਾ ਲੈ ਕੇ ਹਨਾ ਤੇ ਉਹ ਕੌਲੀ ਦੇ ਉੱਤੇ ਆਪਾਂ ਵੇਲ ਕੇ ਦੇਖਣੀ ਰੋਟੀ ਹਨਾ ਵੀ ਕਿਵੇਂ ਬਿਲਦੀ ਆ ਮਤਲਬ ਆਪਾਂ ਸਟਾਰਟਿੰਗ ਹੀ ਉੱਥੋਂ ਕੀਤੀ ਸੀਗੀ ਆਪਦੀ ਤੇ ਉਦੋਂ ਮੰਮੀ ਨੇ ਵੀ ਹਨਾ ਆਪਾਂ ਨੂੰ ਸਿਖਾਉਣਾ ਵੀ ਹੁਣ ਐ ਕਰ ਲਾ ਹੁਣ ਆ ਇਹਦੇ ਤੇ ਐ ਪੜੇਥਨ ਲਾ ਲਾ ਜਾਂ ਐਵੇਂ ਇਹਨੂੰ ਵੇਲ ਲਾ ਹਨਾ ਵੀ ਉਦੋਂ ਆਪਾਂ ਸਿੱਖਦੇ ਹੁੰਦੇ ਸੀ ਜਾਂ ਉਹ ਕੌਲੀ ਮੁੱਦੀ ਮਾਰ ਕੇ ਤੇ ਆਪਾਂ ਰੋਟੀ ਗੋਲ ਕਰ ਲੈਂਦੇ ਸੀ ਮੇਰੀ ਰੋਟੀ ਤਾਂ ਬੜੀ ਗੋਲ ਆ ਹਨਾ ਮਤਲਬ ਉਦੋਂ ਤੋਂ ਆਪਾਂ ਸਟਾਰ ਤੇ ਆਪਾਂ ਨੂੰ ਹੁੰਦਾ ਵੀ ਐਂ ਵੀ ਪਿੰਡਾਂ ਦੇ ਵਿੱਚ ਨਾ ਆਪਾਂ ਨੂੰ ਹਰੇਕ ਜਿਹੜਾ ਐ ਕੰਮ ਲਾਉਂਦਾ ਵੀ ਤੂੰ ਅੱਜ ਇੱਥੇ ਆ ਕੰਮ ਕਰ ਲਾ ਜਾਂ ਕੋਲ ਦੀ ਭਾਂਡੇ ਚੱਕ ਲੈ ਜਾਂ ਆਪਦੀ ਰੋਟੀ ਆਪ ਪਾੜਾ ਜਾਂ ਇਥੋਂ ਆਵਲੇ ਕੱਪੜੇ ਐ ਜਾ ਕੇ ਉੱਥੇ ਰੱਖਿਆ ਹਨਾ ਤਾਂ ਬੱਚੇ ਨੂੰ ਪਤਾ ਲੱਗ ਜਾਂਦਾ ਕੰਮਾਂ ਬਾਰੇ ਵੀ ਇੱਥੇ ਐ ਘਰੇ ਆਪਣੇ ਐ ਕੰਮ ਹੁੰਦੇ ਆ ਨਾ ਤੇ ਇਸ਼ਾਰਾਂ ਦੇ ਵਿੱਚ ਮੈਂ ਆਪਾਂ ਦੇਖਦੀ ਹਾਂ ਵੀ ਬੱਚਿਆਂ ਨੂੰ ਕੋਈ ਵੀ ਕੰਮ ਨਹੀਂ ਲਾਉਂਦਾ ਅੱਜ ਕੱਲ ਮੈਨੂੰ ਲੱਗਦਾ ਵੀ ਲੋਕ ਇਸ ਗੱਲ ਨੂੰ ਇੱਕ ਸਟੇਟਸ ਮੰਨਦੇ ਆ ਆਪਦਾ ਵੀ ਅਸੀਂ ਬੱਚਿਆਂ ਨੂੰ ਕੰਮ ਨਹੀਂ ਲਾਉਂਦੇ ਸਾਡੇ ਬੱਚੇ ਇਕੱਲੇ ਪੜਦੇ ਆ ਮੇਨਾਂ ਦੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਕੰਮ ਆਉਣਾ ਵੀ ਬਹੁਤ ਜ਼ਰੂਰੀ ਹੈ। ਹਾਰਚ ਵੇਖੋ ਵੀ ਅਸੀਂ ਪੜ੍ਹਾਈ ਕਰਕੇ ਆਪਦਾ ਬਹੁਤ ਕੁਝ ਬਣਾ ਲਿਆ ਹੈ ਨਾ ਕਿ ਸਾਨੂੰ ਐ ਹੁੰਦਾ ਵੀ ਪੜ੍ਹਿਆ ਲਿਖਿਆ ਬਹੁਤ ਜ਼ਰੂਰੀ ਹੈ ਸਾਡੇ ਲਈ। ਵੀ ਸਾਨੂੰ ਅਸੀਂ ਆਜ ਅਗਲੇ ਨੂੰ ਖੁਸ਼ ਹੋ ਕੇ ਦੱਸਦੇ ਆ ਵੀ ਸਾਡਾ ਧੀ ਪੁੱਤ ਤਾਂ ਬਹੁਤ ਜ਼ਿਆਦਾ ਪੜ੍ਹਦਾ ਹੈ ਨਾ ਵੀ ਇਹ ਪੜ੍ਹਿਆ ਲਿਖਿਆ ਵੀ ਅਸੀਂ ਉਹਨੂੰ ਕੰਮ ਤੇ ਨਹੀਂ ਲਾਉਂਦੇ। ਵੀ ਅਸੀਂ ਆ ਕੰਮ ਕਰਨਾ ਆਪਦੇ ਜਨੇ ਨਾ ਸ਼ਰਮਜੀ ਮਰਦੇ ਆ। ਵੀ ਸਾਨੂੰ ਐ ਹੁੰਦਾ ਵੀ ਜੇ ਕੋਈ ਕੰਮ ਸਾਨੂੰ ਕਹੂਗਾ ਵੀ ਤੁਸੀਂ ਬੱਚਿਆਂ ਤੋਂ ਕੰਮ ਕਰਾਉਨੇ ਆ ਜਾਂ ਤੁਹਾਡੇ ਬੱਚੇ ਕੰਮ ਕਰਦੇ ਆ ਇਹ ਸ਼ਰਮਜੀ ਆਲੀ ਗੱਲ ਆ ਨਾ ਤੇ ਵੀ ਪੜ੍ਹਾਈ ਇਕੱਲੀ ਚੰਗੀ ਦੀ ਪੜ੍ਹਾਈ ਅਸੀਂ ਖ ਅੱਗੇ ਆਪਣੇ ਵਾਲਾ ਟਾਈਮ ਹੁੰਦਾ ਸੀ ਜਦੋਂ ਆਪਾਂ ਪਏ ਹੁੰਦੇ ਸੀ ਹਨਾ ਤੇ ਸਵੇਰ ਆਪਾਂ ਉੱਠਣਾ ਤੇ ਉੱਠ ਕੇ ਆਪਾਂ ਨੂੰ ਆਪ ਨੂੰ ਪਤਾ ਹੁੰਦਾ ਸੀ ਅਸੀਂ ਇੰਨੇ ਟਾਈਮ ਨਾਲ ਉੱਠਣਾ ਤੇ ਉੱਠ ਕੇ ਆਪਾਂ ਚਾਹ ਪੀਣੀ ਬੁਰਸ਼ ਕਰਨਾ ਪਹਿਲਾਂ ਬੁਰਸ਼ ਕਰਕੇ ਚਾਹ ਵੀ ਪੀ ਲੈਣੀ ਹਨਾ ਤੇ ਹੁਣ ਅੱਜ ਕੱਲ੍ਹ ਦੀਆਂ ਬੱਚੇ ਕਿਵੇਂ ਪਏ ਰਹਿੰਦੇ ਤੇ ਮਾਵਾ ਨੂੰ ਆਇਆ ਹੁੰਦਾ ਵੀ ਅਸੀਂ ਬੱਚਿਆਂ ਨੂੰ ਪੈਣ ਨਹੀਂ ਚਾਹ ਫੜਾ ਦਈਏ ਤੇ ਉਦੋਂ ਆਪਾਂ ਨੂੰ ਆਪਾਂ ਚਾਹ ਵੀ ਆਪਦੀ ਆਪੀ ਨਹੀਂ ਮੀਂਦੀ ਫਿਰ ਆਪਾਂ ਨੂੰ ਆਏ ਵੀ ਪਤਾ ਹੁੰਦਾ ਸੀ ਵੀ ਜੇ ਆਪਾਂ ਕਮਰੇ 'ਚ ਪਏ ਤਾਂ ਆਪਦੀ ਬੈੱਡ ਸੀਟ ਵੀ ਠੀਕ ਕਰਨੀ ਹੈ ਨਾ ਜਾਂ ਉੱਪਰ ਆਪਣੇ ਕੇਸ ਆ ਜਾਂ ਕੰਬਲ ਉਹ ਵੀ ਆਪਾਂ ਚੱਕਣਾ ਹੈ ਨਾ ਜੇ ਵਿਹੜੇ 'ਚ ਪਏ ਸੀ ਤਾਂ ਮੰਝੇ ਹੁੰਦੇ ਸੀ ਤਾਂ ਮੰਝੇ ਤੋਂ ਵੀ ਆਏ ਹੁੰਦਾ ਵਿਸਤਰ ਆਪਦਾ ਚੱਕਣਾ ਤੇ ਫਿਰ ਆਪਦਾ ਸਕੂਲ ਨੂੰ ਆਏ ਹੁਣ ਆ ਵੀ ਇੰਨਾ ਟਾਈਮ ਹਜੇ ਪੈਅ ਤੇ ਫਿਰ ਸਕੂਲ ਨੂੰ ਤਿਆਰ ਹੋਣਾ ਤੇ ਫਿਰ ਜਾਣਾ ਹੈ ਨਾ ਤੇ ਹੁਣ ਤਾਂ ਬੱਚੇ ਜਮਾਂ ਟਾਈਮ ਤੇ ਹਮ ਦੇਖੋ ਆਪਾਂ ਆਪਣੀ ਆਪ ਹੀ ਬੱਚਿਆਂ ਦਾ ਜਿਹੜਾ ਟਾਈਮ ਆ ਉਹ ਖਰਾਬ ਕਰੀ ਜਾਂਦੇ ਆ ਹਨਾ ਜਿਵੇਂ ਹੁਣ ਉਹ ਬੱਚਿਆਂ ਦੀ ਆਤਮ ਵਿਗੜ ਜਾਂਦੀਆਂ ਹੁਣ ਇੱਕ ਬੱਚਾ ਜਿਹਨੂੰ ਆਪਾਂ ਕੀ ਇਹ ਬੈਗਪੈਕ ਕਰਕੇ ਉਹਦਾ ਬੈਗ ਫੜ ਕੇ ਉਹਨੂੰ ਵੈਂਚ ਚੜਾਉਣੇ ਆ ਠੀਕ ਹੈ ਫਿਰ ਵੀ ਇਸ ਦੇ ਬਾਵਜੂਦ ਵੀ ਉਹ ਟਿਫਨ ਭੁੱਲ ਗਿਆ ਉਹਨੂੰ ਟਿਫਨ ਸਕੂਲ ਤੱਕ ਫੜਾ ਕੇ ਆਉਣੀ ਆ ਹਨਾ ਕੋਈ ਡਰੈਸ ਆ ਉਹਦੀ ਉਹ ਖੁਦ ਪ੍ਰੈਸ ਕਰਕੇ ਦਿੰਨੇ ਆ ਉਹ ਬੱਚੇ ਨੂੰ ਪਤਾ ਹੀ ਨਹੀਂ ਹੋਊਗਾ ਵੀ ਮੈਂ ਕਿਵੇਂ ਕੰਮ ਕਰਨ ਆ ਆਪਦਾ ਬਾਈ ਚਾਂਸ ਉਹਦੇ ਮਦਰ ਘਰੇ ਨਾ ਹੋਣ ਬਾਈ ਚਾਂਸ ਕੋਈ ਇਹੋ ਜੀ ਹਨਾ ਹੋਣੀ ਹੋ ਜੇ ਤੇ ਉਹ ਬੱਚਾ ਖੁਦ ਕਿਵੇਂ ਕੰਮ ਕਰੂਗਾ ਉਹ ਬੱਚੇ ਨੂੰ ਪਤਾ ਹੀ ਨਹੀਂ ਵੀ ਮੈਂ ਕਿਵੇਂ ਕੀ ਕੰਮ ਕਰਨਾ ਕਿੱਥੇ ਕਿਵੇਂ ਕਰਨਾ ਹੁਣ ਇੱਕ ਬੱਚਾ ਦਾ ਪਿੰਡ ਦੇ ਵਿੱਚ ਆਪਣੇ ਕੀ ਹੁੰਦਾਗਾ ਵੀ ਆਪਾਂ ਖੁਦ ਉੱਠਦੇ ਆ ਹਨਾ ਆਪਾਂ ਨੂੰ ਕੋਈ ਨਹੀਂ ਠਾਂਦਾ ਆਪਾਂ ਖੁਦ ਉੱਠਦੇ ਆ ਉਹ ਚੀਜ਼ਾਂ ਨੂੰ ਖੁਦ ਆਪਾਂ ਮੈਨੇਜ ਕਰਦੇ ਆ ਕੋਈ ਕੱਪੜੇ ਪ੍ਰੈਸ ਕਰਨੇ ਆ ਜਾਂ ਮੈਂ ਅੱਜ ਆ ਪਾ ਕੇ ਜਾਣਾ ਜਾਂ ਮੈਂ 8:00 ਵਜੇ ਉੱਠਿਆ ਤਾਂ ਮੈਂ 8:00 ਟਾਈਮ ਦੇ ਵਿੱਚ ਮੈਂ ਤਿਆਰ ਹੋ ਜਾਊਗਾ ਜਾਂ 8:00 ਟਾਈਮ ਦੇ ਵਿੱਚ ਮੈਂ ਆਪਦੇ ਉੱਥੇ ਪਹੁੰਚ ਜੂ ਕੰਮ ਤੇ ਹਨਾ ਜਾਂ ਮੈਂ 8:00 ਟਾਈਮ ਦੇ ਵਿੱਚ ਉੱਥੇ ਕੰਮ ਕਰਕੇ ਵਾਪਸ ਆ ਜੂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੰਨੇ ਇੱਕ ਟਾਈਮ ਵਿੱਚ ਮੈਂ ਆ ਕੰਮ ਕਰ ਸਕਦਾ ਸਾਨੂੰ ਟਾਈਮ ਦਾ ਪਤਾ ਲੱਗ ਜਾਂਦਾ ਹਾਂ ਕਿ ਉੱਥੇ ਬੱਚੇ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗ ਜਾਂਦਾ ਤੇ ਫਿਰ ਆਪਾਂ ਕਿਉਂ ਉਸ ਅਕੋਰਡਿੰਗ ਚੱਲਣ ਲੱਗ ਜਾਂਦੇ ਆ ਹੁਣ ਮੇਰੀ ਨਾ ਇੱਕ ਦ ਤੇ ਜਿਵੇਂ ਹੁਣ ਸ਼ਹਿਰਾਂ ਦੇ ਵਿੱਚ ਤਾਂ ਬੱਚਿਆਂ ਨੂੰ ਕੰਮ ਹੀ ਨਹੀਂ ਲਾਉਂਦੇ ਹੈਗੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਚੀਜ਼ਾਂ ਬਾਰੇ ਤੇ ਹੁਣ ਪਿੰਡਾਂ ਦੇ ਵਿੱਚ ਤਾਂ ਆਪਣੇ ਸਾਰੇ ਬੱਚੇ ਹੀ ਕੰਮ ਕਰਦੇ ਆ ਨਾ ਕਈ ਬੱਚੇ ਇਹਨਾਂ ਚੀਜ਼ਾਂ ਤੋਂ ਸ਼ਰਮ ਮਹਿਸੂਸ ਕਰਦੇ ਕਿ ਕਿਸੇ ਨੂੰ ਦੱਸਣ ਲੱਗੇ ਵੀ ਅਸੀਂ ਘਰੇ ਕੰਮ ਕਰਦੇ ਆ ਹਨਾ ਵੀ ਇਹ ਚੀਜ਼ਾਂ ਦੀ ਕਾਦੀ ਸ਼ਰਮ ਆ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਤੇ ਕੰਮ ਕਰਨਾ ਵੀ ਚਾਹੀਦਾ ਇੱਕ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਆਉਣਾ ਜ਼ਰੂਰੀ ਆ ਹਨਾ ਵੀ ਉਹ ਆਪ ਦਾ ਆਪ ਖੁਦ ਸੰਭਾਲ ਸਕੇ ਚਲੋ ਕਿਸੇ ਨੂੰ ਨਹੀਂ ਸੰਭਾਲ ਸਕਦਾ ਤਾਂ ਖੁਦ ਤਾਂ ਸੰਭਾਲ ਸਕੇ ਨਾ ਜੀ ਹੁਣ ਬਾਈ ਚਾਂਸ ਐਪੀਰੀਐਂਸ ਘਰੇ ਹੈਣੀ ਉਦੋਂ ਬੱਚਾ ਆਪਦੀ ਖੁਦ ਦੀ ਜ਼ਿੰਮੇਵਾਰੀ ਖੁਦ ਚੱਕ ਸਕਦਾ ਹੈ ਹਨਾ ਹੁਣ ਮੇਰੀ ਇੱਕ ਫਰੈਂਡ ਹੈ ਜਿਹਦੋਂ ਅਸੀਂ ਨਾ ਸਕੂਲ ਵਗੈਰਾ ਜਾਣਾ ਹੁੰਦਾ ਸੀਗਾ ਤੇ ਅਸੀਂ ਇੱਕ ਦੂਜੇ ਨੂੰ ਫੋਨ ਕਰ ਦਿੰਨਾ ਵੀ ਹਾਂ ਤਿਆਰ ਹੋ ਗਈ ਹੁਣ ਆ ਜਾ ਵੈਨ ਆਉਣ ਵਾਲੀ ਹੈ ਹਨਾ ਤੇ ਉਹਨੇ ਕਹਿਣਾ ਬਸ ਮੇਰਾ ਆਹ ਕੰਮ ਇੰਨਾ ਕੁ ਰਹਿ ਗਿਆ ਤੇ ਮੈਂ ਇੰਨੇ ਟਾਈਮ ਦੇ ਵਿੱਚ ਤਿਆਰ ਹੋ ਕੇ ਬਾਹਰ ਚ ਆ ਜੂੰਗੀ ਹੈਣਾ ਵੀ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇੰਨੇ ਟਾਈਮ ਦੇ ਵਿੱਚ ਮੈਂ ਆਹ ਕੰਮ ਕਰ ਲੈਣਾ ਜਾਂ ਇੰਨੇ ਟਾਈਮ ਦੇ ਵਿੱਚ ਰੈਡੀ ਹੋ ਜਾਣਾ ਹਨਾ ਤੇ ਇੰਨੇ ਟਾਈਮ ਤੱਕ ਮੈਂ ਸਕੂਲ ਪਹੁੰਚੀ ਹੂੰਗੀ ਮਤਲਬ ਉਹ ਬੱਚਿਆਂ ਨੂੰ ਪਤਾ ਲੱਗ ਜਾਂਦਾ ਸੀਗਾ ਤੇ ਹੁਣਾਂ ਵੀ ਐਂ ਚਾਹੀਦਾ ਮੈਨਾਂ ਦਾ ਜੇ ਆਪਾਂ ਜਿਵੇਂ ਜਿਵੇਂ ਬੱਚਿਆਂ ਨੂੰ ਕੰਮ ਲਾਉਨੇ ਆ ਹਨਾ ਓਮੀ ਓਮੀ ਬੱਚੇ ਨੂੰ ਪਤਾ ਲੱਗਦਾ ਜਾਂਦਾ ਹੁਣ ਆਪਾਂ ਇੱਧਰ ਤਾਂ ਕਿਸੇ ਨੂੰ ਕੰਮ ਲਾਉਂਦੇ ਨਹੀਂ ਇੱਕ ਨਾ ਮੇਰੀ ਕਜ਼ਨ ਐ ਤੇ ਉਹ ਜਦੋਂ ਨਾ ਹੁਣ ਫੋਰਨ ਦੇ ਵਿੱਚ ਗਈ ਹਨਾ ਉਹਨੂੰ ਪਤਾ ਲੱਗਿਆ ਵੀ ਕੀ ਚੀਜ਼ ਕਿਵੇਂ ਹੁੰਦੀ ਐ ਨਾ ਕੰਮ ਦੀ ਵੈਲਿਊ ਕੀ ਐ ਹਣਾ ਤੇ ਉੱਥੇ ਜਦੋਂ ਹੁਣ ਉਹਨੇ ਨਾਲ ਦਿਆਂ ਨੂੰ ਦੇਖਿਆ ਉਹ ਵਿਚਾਰੀਆਂ ਰੋਂਦੀਆਂ ਸਾਰਾ ਸਾਰਾ ਦਿਨ ਵੀ ਸਾਥੋਂ ਟਾਈਮ ਨਹੀਂ ਨਿਕਲਦਾ ਹਨਾ ਵੀ ਤੂੰ ਕਿਵੇਂ ਟਾਈਮ ਕੱਢ ਲੈਂਦੀ ਐ ਉਹਨੇ ਦੱਸਿਆ ਵੀ ਅਸੀਂ ਪਿੰਡਾਂ ਦੇ ਵਿੱਚ ਆਈ ਹੁੰਦਾ ਸੀ ਆ ਵੀ ਐਵੇਂ ਕੰਮ ਕਰਦੇ ਹੁੰਦੇ ਸੀ ਤੇ ਇੰਨਾ ਟਾਈਮ ਅਸੀਂ ਬਚਾ ਲੈਂਦੇ ਸੀ ਜਿਵੇਂ ਹੁਣ ਆਪਾਂ ਫੋਨ ਵਾਸਤੇ ਟਾਈਮ ਕੱਢ ਹੀ ਲੈਂਦੇ ਆ ਨਾ ਕਿੰਨਾ ਹੀ ਜ਼ਰੂਰੀ ਕੰਮ ਹੋਵੇ ਆਪਾਂ ਨੂੰ ਹੁਣ ਉਵੇਂ ਕੀ ਆ ਉਧਰ ਬੱਚਿਆਂ ਤੋਂ ਟਾਈਮ ਨਿਕਲਦਾ ਹੀ ਨਹੀਂ ਹੈਗਾ ਜਿਹੜੇ ਬੱਚੇ ਇਹਨੇ ਪਹਿਲਾਂ ਕੰਮ ਹੀ ਨਹੀਂ ਕੀਤੇ ਹੈਗੇ ਹਨਾ ਹੁਣ ਰੋਟੀ ਪਾਣੀ ਉਹਨਾਂ ਨੂੰ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ ਹੈਗਾ ਤੇ ਉਹ ਕਰਨੇਗੇ ਵੀ ਕੀ ਹਣਾ ਕਿੰਨਾ ਕੁ ਟਾਈਮ ਆਪਾਂ ਬਾਹਰੋਂ ਖਾ ਸਕਦੇ ਆ ਇੱਕ ਬੰਦਾ ਰੋਟੀ ਪਕਾਉਣ ਜੂਗਾ ਤਾਂ ਹੋਵੇ ਹਣਾ ਵੀ ਉਹ ਕਿਸੇ ਨੂੰ ਨਹੀਂ ਖਵਾ ਸਕਦਾ ਤਾਂ ਆਪਦੀ ਰੋਟੀ ਖੁਦ ਬਣਾ ਲਈ ਹੁਣ ਉਹ ਦੱਸਦੇ ਆ ਵੀ ਤੁਸੀਂ ਹਣਾ ਘਰੇ ਕੰਮ ਕਰਾਇਆ ਕਰੋ ਹੁਣ ਉਹਨਾਂ ਨੂੰ ਮਾਪਿਆਂ ਦੀ ਵੈਲਿਊ ਦਾ ਪਤਾ ਲੱਗਦਾ ਵੀ ਕਿੰਨੀ ਆਪਣੀ ਲਾਈਫ ਦੇ ਵਿੱਚ ਅਮਿੱਤ ਹੈਗੀ ਉਹਨਾਂ ਦੀ ਹਣਾ ਕਿਉਂਕਿ ਇਧਰਲੇ ਪਾਸੇ ਆਪਾਂ ਕਹਿ ਦਿੰਦੇ ਆ ਵੀ ਨਹੀਂ ਲੈ ਮੰਮੀ ਨੇ ਕੰਮ ਕੀਤਾ ਕੋਈ ਨਹੀਂ ਆਪਾਂ ਕਰ ਲਾਂਗੇ ਨਾ ਮੇਰੇੇ ਕੰਮ ਆ ਮੈਂ ਕਰ ਲੂ ਜਦੋਂ ਮਰਜੀ ਕਰ ਲੂ ਉਹ ਚੀਜ਼ਾਂ ਮੈਨੂੰ ਲੱਗਦਾ ਆਪਾਂ ਨੂੰ ਬਾਅਦ ਚ ਪਤਾ ਲੱਗਦੀ ਆਪਾਂ ਉਹ ਬਾਅਦ ਚ ਪਛਤਾਵਾ ਕਰਦੇ ਵੀ ਉਸ ਟਾਈਮ ਦਿਮਾਗ ਕੰਮ ਕੀਤਾ ਹੁੰਦਾ ਤਾਂ ਹੁਣ ਮੈਨੂੰ ਇਸ ਚੀਜ਼ ਦਾ ਬੋਝ ਨਹੀਂ ਬਨਣਾ ਸੀਗਾ ਹਨਾ ਹੁਣ ਕੋਈ ਰਿਸ਼ਤੇਦਾਰ ਆ ਜਾ ਆਪਾਂ ਉੱਥੇ ਪਜ਼ਲ ਹੋਈ ਰਹਿਣੀ ਹੈਗੀ ਵੀ ਹੁਣ ਆਪਾਂ ਕੀ ਕਰਨਾ ਹੈ ਕੀ ਨਹੀਂ ਜਿਹੜੇ ਬੱਚਿਆਂ ਨੂੰ ਕੀਤਾ ਹੀ ਨਾ ਉਹਨੂੰ ਪਤਾ ਹੀ ਨਹੀਂਗਾ ਵੀ ਉਹਨੇ ਕੀ ਕਰਨਾ ਹੈਗਾ ਜਿਹੜਾ ਬੱਚਾ ਸ਼ੁਰੂ ਤੋਂ ਲੈ ਕੇ ਕਰਦਾ ਕੰਮ ਉਹਨੂੰ ਪਤਾ ਹੁੰਦਾ ਉਸ ਚੀਜ਼ਾਂ ਬਾਰੇ ਵੇਖੋ ਜਿੰਮੀ ਮੈਂ ਵਰਸੋਈ ਚ ਜਾਵਾਂਗੇ ਹਨਾ ਵੀ ਆਏ ਤਾਂ ਹੈ ਨਹੀਂ ਵੀ ਜੇ ਆਪਾਂ ਬੱਚਨ ਨੂੰ ਨਿੱਕੇ ਨਿੱਕੇ ਕੰਮ ਦੀ ਜ਼ਿੰਮੇਵਾਰੀ ਦੇਵਾਂਗੇ ਤੇ ਉਹਨੂੰ ਉਹਨੂੰ ਪਤਾ ਲੱਗਦਾ ਰਹਿੰਦਾ ਹੈ ਹਨਾ ਵੀ ਉਹਨੂੰ ਆਪ ਦਾ ਪਤਾ ਹੋਵੇ ਮੈਂ ਸਕੂਲ ਜਾਣਾ ਤੇ ਆਪ ਦਾ ਟਿਪ ਬਣਾਵਾਂ ਬੈਗ ਦੇ ਵਿੱਚ ਪਾਉਣਾ ਹਨਾ ਜਾਂ ਮੈਂ ਜਦੋਂ ਸਕੂਲੋਂ ਆਏ ਤਾਂ ਅਨਸਾਰ ਆਪ ਦਾ ਟਿਪ ਉਹਨੂੰ ਕੱਢਣਾ ਬੈਗ ਤੋਂ ਤੇ ਆਪਦੀ ਡਰੈਸ ਤਾਰਨੀ ਵੀ ਉਹਨੂੰ ਪਤਾ ਹੋਵੇ ਮੈਂ ਕਿਹੜੇ ਕੱਪੜੇ ਪਾਉਣੇ ਆ ਤੇ ਜਾਂ ਮੇਰੇ ਕੱਪੜੇ ਕਿੱਥੇ ਪਏ ਆ ਹਨਾ ਵੀ ਉਹਨੂੰ ਇਹ ਜਿਹੇ ਕੰਮਾਂ ਦੀ ਨਿੱਕੇ ਨਿੱਕੇ ਦੀ ਜ਼ਿੰਮੇਵਾਰੀ ਹੋਵੇ ਪਤਾ ਲੱਗੇ ਹਨਾ ਤੇ ਫੇਰ ਹੀ ਬੱਚਾ ਕੁਝ ਕਰ ਸਕਦਾ ਹੈ ਹਨਾ ਵੀ ਤੇ ਆਪਾਂ ਜੇ ਰਸੋਈ 'ਚ ਜਾਵਾਂਗੇ ਬੱਚਿਆਂ ਨੂੰ ਸਿਖਾਵਾਂਗੇ ਜੇ ਤੁਹਾਨੂੰ ਪਤਾ ਬੱਚਾ 12-13 ਸਾਲਾਂ ਦਾ ਹੋਵੇ ਤੇ ਉਹਨੂੰ ਰਸੋਈ ਦਾ ਪਤਾ ਹੋਣਾ ਚਾਹੀਦਾ ᱛੀ ਇਹਨੂੰ ਵੀ ਵੀ ਇੱਥੇ ਕੀ ਕੋਸਾ ਸਾਡੀ ਰਸੋਈ 'ਚ ਹੈ ਨਾ ਵੀ ਦਾਲਾਂ ਜਿਹੜੀਆਂ ਉਹ ਕਿਵੇਂ ਬਣਦੀਆਂ ਜਾਂ ਸਬਜ਼ੀ ਉਹ ਕਿਵੇਂ ਬਣਦੀ ਹੈ ਤੇ ਜੇ ਆਹ ਬਣਾਉਣੀ ਤਾਂ ਕਿਵੇਂ ਬਣਾਉਣੀ ਹੈ ਨਾ ਵੀ ਇਹਦੇ ਲਈ ਕਿੰਨਾ-ਕਿੰਨਾ ਟਾਈਮ ਲੱਗਦਾ ਹੈ ਨਾ ਵੀ ਜੇ ਅਸੀਂ ਚਾਹ ਬਣਾਉਣੀ ਤਾਂ ਸਾਡਾ ਕਿੰਨਾ ਟਾਈਮ ਲੱਗਦਾ ਹੈ ਨਾ ਤੇ ਫੇਰ ਹੀ ਸਾਨੂੰ ਆਏ ਹੁੰਦਾ ਵੀ ਸਾਨੂੰ ਪਤਾ ਲੱਗਦਾ ਵੀ ਰਸੋਈ 'ਚ ਟਾਈਮ ਕਿੰਨਾ ਕੁ ਲੱਗਦਾ ਸਾਡਾ ਵੀ ਕਈ ਵਾਰ ਹੁਣ ਸਾਡੇ ਕੋਈ ਰਿਸ਼ਤੇਦਾਰ ਆਉਂਦਾ ਹੈ ਨਾ ਕਿ ਸਾਨੂੰ ਕਹਿੰਦੇ ਵੀ ਅਸੀਂ 2 ਕ ਘੰਟੇ ਚ ਆ ਜੰਨੇ ਤੇ ਉਦੋਂ ਵੀ ਸਾਨੂੰ ਫਿਰ ਪਤਾ ਹੁੰਦਾ ਵੀ ਅਸੀਂ ਰਸੋਈ ਚ ਕੀ ਕੁਝ ਬਣਾਉਣਾ ਹਨਾ ਜਾਂ ਅਸੀਂ ਹੋਰ ਵੀ ਕੁਝ ਕਰਨਾ ਵੀ ਸਾਨੂੰ ਕਿੰਨਾ ਕੁ ਟਾਈਮ ਚਾਹੀਦਾ ਹਾਂ ਵੀ ਇੰਨੇ ਟਾਈਮ ਵਿੱਚ ਆਪਾਂ ਸਬਜ਼ੀ ਵਗੈਰਾ ਧਰ ਸਕਦੇ ਜੇ ਇੰਨੇ ਟਾਈਮ ਵਿੱਚ ਸੈਟਿੰਗ ਕਰ ਸਕਦੇ ਹਾਂ ਉਹਨਾਂ ਦੀ ਹਾਂ ਵੀ ਨਾਲੇ ਸਾਨੂੰ ਬੱਚਿਆਂ ਨੂੰ ਐ ਵੀ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਤਰੀ ਵਾਲੀ ਸਬਜ਼ੀ ਬਣਾਉਣੀ ਹੈ ਤੇ ਕਿਹੜੇ ਵਰਤਨਾ ਚ ਬਣਾਉਣੀ ਹੈ ਹਨਾ ਜੀ ਵੀ ਜੇ ਅਸੀਂ ਸੁੱਕੀ ਸਬਜ਼ੀ ਬਣਾਉਣੀ ਹੈ ਤਾਂ ਉਹ ਅਸੀਂ ਕਿਹੜੇ ਵਰਤਨਾ ਚ ਬਣਾਉਣੀ ਜੀ ਕਿਤੇ ਇਹ ਨਾ ਹੋਵੇ ਵੀ ਸਬਜ਼ੀ ਧਰਨ ਲੱਗੇ ਹੋਵੇ ਜੇ ਵੀ ਪਿੰਡੀਆਂ ਚ ਜਿਵੇਂ ਪਾਣੀ ਪਾ ਹਣਾ ਵੀ ਆਪਾਂ ਨੂੰ ਸ਼ੁਰੂ ਤੋਂ ਬੱਚੇ ਨੂੰ ਇੱਕ ਸਿਖਾਉਣਾ ਚਾਹੀਦਾ ਵੀ ਕਿਹੜੀ ਸਬਜ਼ੀ ਕਿਵੇਂ ਧਰੀਦੀ ਆ ਆਪਾਂ ਨੂੰ ਚਲੋ ਆਪਾਂ ਨਹੀਂ ਆਪਾਂ ਕੰਮ ਕਰਨਾ ਹਨਾ ਇੱਕ ਬੱਚੇ ਨੂੰ ਕੰਮ ਆਉਂਦਾ ਹੋਵੇ ਬਾਈ ਚਾਂਸ ਉਹਨੂੰ ਕਿਤੇ ਜ਼ਰੂਰਤ ਪੈ ਜੇ ਹਨਾ ਤਾਂ ਉਸ ਟਾਈਮ ਤੇ ਉਹ ਖੁਦ ਕੰਮ ਕਰ ਸਕੇ ਹੁਣ ਆਪਣੇ ਕੀ ਹੁੰਦਾ ਨਾ ਵੀ ਇੱਕ ਜਮਿnal ਦੇ ਬੱਚੇ ਹਨਾ ਆਪਾਂ ਅਕਸਰ ਹੀ ਸਕੂਲਾਂ ਦੇ ਵਿੱਚ ਇਹ ਗੱਲ ਸੁਣਦੇ ਆ ਵੀ ਬੱਚੇ ਨੇ ਕੰਮ ਨਹੀਂ ਕੀਤਾ ਤੇ ਉਹਨੇ ਬੰਨ ਲਾਇਆ ਵੀ ਮੇਰੀ ਤਾਂ ਮੰਮੀ ਘਰੇ ਹੈ ਨਹੀਂ ਸੀ ਤੇ ਮੈਂ ਤਾਂ ਕੰਮ ਕਰਦਾ ਸੀ ਹਨਾ ਜਿਹੜੇ ਬੱਚੇ ਨੂੰ ਟਾਈਮ ਮੈਨੇਜ ਕਰਨਾ ਹੀ ਨਹੀਂ ਆਉਂਦਾ ਤੋ ਹਮੇਸ਼ਾ ਇਹੀ ਬਹਾਨਾ ਲਾਉਂਦਾ ਤੇ ਜਦੋਂ ਆਪਾਂ ਨੂੰ ਟਾਈਮ ਮੈਨੇਜ ਕਰਨ ਆ ਗਿਆ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਆਪਣੇ ਘਰ ਦੇ ਘਰੇ ਹੈ ਨਹੀਂ ਆਪਾਂ ਇੰਨਾ ਟਾਈਮ ਪਹਿਲਾਂ ਉੱਠ ਕੇ ਆਹ ਕੰਮ ਜਿਹੜੇ ਨਵੇਡ ਲੈਣੇ ਆ ਸਾਰੇ ਹਨਾ ਤੇ ਇਸ ਤੋਂ ਬਾਅਦ ਚ ਇੰਨੇ ਟਾਈਮ ਚ ਆਪਾਂ ਸਕੂਲ ਵਾਸਤੇ ਤਿਆਰ ਹੋ ਜਾਣਾ ਉਹ ਬੱਚਿਆਂ ਨੂੰ ਪਤਾ ਲੱਗ ਜਾਂਦਾ ਤੇ ਜਦੋਂ ਆਪਾਂ ਨੂੰ ਇੰਨਾਂ ਚੀਜ਼ਾਂ ਬਾਰੇ ਪਤਾ ਹੀ ਨਾ ਹੋਊਗਾ ਤੇ ਉਹ ਆਪਾਂ ਕਰਾਂਗੇ ਵੀ ਕਿਵੇਂ ਇਹ ਚੀਜ਼ਾਂ ਮੈਨਾਂ ਦਾ ਆਪਾਂ ਨੂੰ ਸਿੱਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਹੁਣ ਜਿਵੇਂ ਕੋਈ ਵੀ ਬੱਚਾ ਫੋਰਨ ਦੇ ਵਿੱਚ ਜਾਂਦਾ ਹੈ ਨਾ ਉੱਥੇ ਉਹਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿਵੇਂ ਕਰਨੀ ਹੈ ਕਿਵੇਂ ਨਹੀਂ ਕਰਨੀ ਹੁਣ ਕੋਈ ਵੀ ਆਪਾਂ ਕੀ ਗੁੱਸਾ ਬਹੁਤ ਛੇਤੀ ਕਰਦੇ ਕਿਸੇ ਵੀ ਚੀਜ਼ ਤੇ ਨਾ ਰਿਐਕਟ ਬਹੁਤ ਛੇਤੀ ਕਰਦੇ ਆ ਮੇਰੇ ਨਾਲ ਟੀਚਰ ਸੀਗੇ ਤੇ ਉਹ ਉਹ ਵੀ ਐਂ ਕਰਦੇ ਸੀ ਉਹਨਾਂ ਨੇ ਜਦੋਂ ਆਪਦੀ ਕਹਾਣੀ ਸੁਣਾਈ ਨਾ ਉਹਾਂ ਦੇ ਵੀ ਮੇਰੇ ਨਾਲ ਹਮੇਸ਼ਾ ਹੀ ਹੁੰਦਾ ਸੀ ਵੀ ਜਦੋਂ ਮੈਨੂੰ ਕਿਸੇ ਨੇ ਕੋਈ ਗੱਲ ਕਹਿ ਦਿੰਨੀ ਤੇ ਮੈਂ ਉੱਤੇ ਫਟਾਫਟ ਰਿਐਕਟ ਕਰਦਾ ਸੀ ਹਣਾ ਤੇ ਉਹਾਂ ਦੇ ਵੀ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਹੁਣ ਆਪਣੇ ਮਸਲੇ ਹੁੰਦੇ ਆ ਨਾ ਜਦੋਂ ਕਹਿੰਦੇ ਗੱਲ ਵਧਣ ਲੱਗੀ ਤੇ ਮੈਨੂੰ ਪਤਾ ਲੱਗਿਆ ਵੀ ਮੈਂ ਖੁਦ ਉਸ ਗੱਲ ਤੇ ਬਹੁਤ ਛੇਤੀ ਰिएक्ट ਕਰਦਾ ਕਰਕੇ ਹੀ ਇਹ ਮੁਸੀਬਤਾਂ ਇਹੜੀਆਂ ਆਈਆਂ ਹਨਾ ਤੇ ਫਿਰ ਉਹ ਕਹਿੰਦੇ ਵੀ ਮੈਂ ਉਸ ਚੀਜ਼ ਤੋਂ ਸਿੱਖਿਆ ਕਿ ਮੈਂ ਇੰਨੀ ਛੇਤੀ ਜਿਹੜਾ ਰिएक्ट ਨਹੀਂ ਕਰਨਾ ਕਿਸੇ ਵੀ ਚੀਜ਼ ਤੇ ਤੇ ਉਹ ਕੀ ਆ ਹੁਣ ਉਸ ਚੀਜ਼ ਨੂੰ ਸੋਚਦੇ ਆ ਪਹਿਲਾਂ ਵੀ ਇਹ ਜਿਹੜੀ ਮੈਂ ਗੱਲ ਕਹੂੰਗਾ ਵੀ ਉਸ ਥਾਂ ਤੇ ਸਹੀ ਹੋਊਗੀ ਕਿ ਨਹੀਂ ਹੋਊਗੀ ਹਨਾ ਹੋ ਸਕਦਾ ਵੀ ਉਹ ਗੱਲ ਚੰਗੀ ਕਹੀ ਜਾਂਦੀ ਹੁਣ ਇਹਨਾਂ ਨੂੰ ਨਾ ਲੱਗੀ ਹੋਵੇ ਤੇ ਉਹਨਾਂ ਨੇ ਗੁੱਸਾ ਕਰਤਾ ਹੋਵੇ ਹਨਾ ਤਾਂ ਉਹ ਕਹਿੰਦੇ ਵੀ ਇੱਕ ਸਬਰ ਬਹੁਤ ਵਧੀਆ ਚੀਜ਼ ਹੈ ਜੇ ਆਪਾਂ ਕਰ ਲਈਏ ਕਹਿੰਦੇ ਨੇ ਨਾ ਸਬਰ ਜੋ ਕਰ ਗਿਆ ਉਹ ਸੋ ਤਰ ਗਿਆ ਹਨਾ ਜਿਹੜੇ ਬੱਚੇ ਨੇ ਸਬਰ ਕਰ ਲਿਆ ਉਹ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਥਾਂ ਤੇ ਆਪਾਂ ਕਿਹੜੀ ਗੱਲ ਕਿਵੇਂ ਕਹਿਣੀ ਆ ਹਨਾ ਜਿਵੇਂ ਹੁਣ ਕੋਈ ਸਬਰ ਨਹੀਂ ਕਰਦਾ ਹੈਗਾ ਇੰਨੀ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਹੀ ਹੈ ਨਹੀਂਗੀ ਖਤਮ ਹੀ ਹੋ ਗਈ ਹੈ ਹਨਾ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਬਹੁਤ ਛੇਤੀ ਰੈਐਕਟ ਕਰ ਲੈਂਦੇ ਆ ਮੈਨਾਂ ਦਾ ਆਪਣੇ ਅੰਦਰ ਸਬਰ ਹੋਣਾ ਬਹੁਤ ਜ਼ਰੂਰੀ ਹੈ ਜਿਹਨੇ ਸਬਰ ਸਿੱਖ ਲਿਆ ਉਹਨੂੰ ਜ਼ਿੰਦਗੀ ਦਾ ਸਲੀਕਾ ਪਤਾ ਲੱਗ ਜਾਂਦਾ ਹੈ ਕਈ ਮਾਪੇ ਹੁੰਦੇ ਆ ਨਾ ਜਿਹੜੇ ਆਪਦੇ ਬੱਚਿਆਂ ਨੂੰ 10% ਵੀ ਨਹੀਂ ਕੰਮ ਲਾਉਂਦੇ ਹੈਗੇ ਹਨ ਤੇ ਜਦੋਂ ਫਿਰ ਉਹ ਕਿਤੇ ਬਾਹਰ ਅੰਦਰ ਜਾਂਦੇ ਆ ਤੇ ਉੱਥੇ ਮਾਪਿਆਂ ਨੂੰ ਸਭ ਤੋਂ ਵੱਡੀ ਟੈਨਸ਼ਨ ਇਹ ਹੁੰਦੀ ਹੈ ਵੀ ਸਾਡਾ ਬੱਚਾ ਜਿਹੜਾ ਉਹ ਕਿਵੇਂ ਰੋਟੀ ਬਣਾ ਕੇ ਖਾਊਗਾ ਹਨਾ ਜਦੋਂ ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਕੰਮ ਨਹੀਂ ਲਾਇਆ ਹੁੰਦਾਗਾ ਤੇ ਜਿਹੜੇ ਬੱਚੇ ਹੁਣ ਬਾਹਰ ਅੰਦਰ ਕਿਤੇ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਫ੍ਰਿਜ ਦੇ ਵਿੱਚ ਉਹਨਾਂ ਨੇ ਕਿਸ ਚੀਜ਼ ਰੱਖਣੀ ਹੈ ਤੇ ਕੀ ਨਹੀਂ ਰੱਖਣੀ ਹਨਾ ਉਹ ਬੱਚਾ ਕਿਵੇਂ ਮੈਨੇਜ ਫਿਰ ਹੁਣ ਬੱਚਿਆਂ ਦੇ ਵਿੱਚ ਮਿਲਣਾ ਦਾ ਸਬਰ ਨਹੀਂ ਰਿਹਾ ਜਮਾ ਵੀ ਆਪਾਂ ਕੋਈ ਕੰਮ ਕਹਿ ਦਈਏ ਨਾ ਵੀ ਆਹ ਕੰਮ ਕਰਨਾ ਤੇ ਬੱਚਾ ਕਹੂਗਾ ਹੁਣ ਮੈਨੂੰ ਹੀ ਕੰਮ ਕਰਨਾ ਪਊਗਾ ਹਨਾ ਜਾਂ ਉੱਥੇ ਕਿਉਂ ਅੱਕ ਕੇ ਜੇ ਬੋਲਦਾ ਵੀ ਇੰਨਾ ਟਾਈਮ ਉੱਥੇ ਕੌਣ ਖੜੂਗਾ ਇੰਨਾ ਖਾਣਾ ਕੌਣ ਬਣਾਊਗਾ ਹਨਾ ਵੀ ਜਾਂ ਮੈਂ ਤਾਂ ਗਰਮੀ 'ਚ ਮਰ ਜੂਗਾ ਜਾਂ ਮੈਥੋਂ ਖਾਣਾ ਬਣਾਣਾ ਨਹੀਂਗਾ ਤੇ ਫਿਰ ਉਹੀ ਬੱਚੇ ਆ ਜਿਹੜੇ ਉਹ ਹੁਣ ਮਾਂ ਦੁਆਰਾ ਬਣਾਇਆ ਖਾਣਾ ਜਿਹੜਾ ਹੁੰਦਾ ਉਹਦੇ ਚ ਨਗੋਚ ਕੱਢਦੀ ਕਰਦੇ ਵੀ ਜੱਜ ਸਵਾਦ ਨਹੀਂ ਬਣਿਆ ਜਾਂ ਅੱਜ ਤੁਸੀਂ ਆਏ ਨਹੀਂ ਬਣਾਇਆ ਜਾਂ ਮੈਂ ਆਈ ਕਿਹਾ ਸੀਗਾ ਹਨਾ ਉਹ ਬੱਚੇ ਨੂੰ ਕਦਰ ਨਹੀਂ ਪਤਾ ਹੁੰਦੀ ਉਸ ਚੀਜ਼ ਦੀ ਹੁਣ ਮਾਂ ਜਿਹੜੀ 2-2 ਘੰਟੇ ਲਾ ਕੇ ਖਾਣਾ ਆਪਣੇ ਵਾਸਤੇ ਤਿਆਰ ਕਰਦੀ ਆ ਹਨਾ ਉਹ ਬੱਚੇ ਨੂੰ ਪਤਾ ਹੀ ਨਹੀਂ ਹੁੰਦਾਗਾ ਵੀ ਮੈਂ ਉਹ ਖਾਣੇ ਦੀ ਕਿਵੇਂ ਕਦਰ ਕਰਨੀ ਹੈ ਜਦੋਂ ਆਪਾਂ ਸ਼ੁਰੂ ਤੋਂ ਮੇਲਾ ਦਾ ਕੰਮ ਕਰਨ ਲੱਗੀ ਜੀ ਨਾ ਆਪਾਂ ਨੂੰ ਕੰਮ ਦੀ ਵੀ ਕਦਰ ਪਤਾ ਹੁੰਦੀ ਹੈ ਤੇ ਪੈਸੇ ਦੀ ਕਦਰ ਵੀ ਪਤਾ ਹੁੰਦੀ ਹੈ ਹਨਾ ਹੁਣ ਆਪਾਂ ਕੀ ਖੜੇ ਖੜੇ 5-5000 ਰੁਪਏ ਡਾ ਦਿੰਨੇ ਆ ਆਪਾਂ ਨੂੰ ਨਹੀਂ ਪਤਾ ਹੈਗਾ ਹਨਾ ਕਿਉਂਕਿ ਜਿਹੜੇ ਜਿਹੜੇ ਬੰਦੇ ਦੀ ਜੇਬ ਚੋਂ ਨਿਕਲਦੇ ਆ ਨਾ ਪੈਸੇ ਉਹਨੂੰ ਪਤਾ ਹੁੰਦਾ ਵੀ ਉਹਨੇ ਕਿਵੇਂ ਕਮਾਏ ਆ ਉਹ ਬੰਦੇ ਦਾ ਰੰਗ ਹੀ ਓਡ ਜਾਂਦਾ ਹਨਾ ਤੇ ਉਹ ਬੰਦਾ ਕਹਿ ਦਿੰਦਾ ਵੀ ਥੋੜੀ ਖਾ ਲੋ ਪਰ ਪੈਸੇ ਕੁਝ ਘਾਹ ਦੇ ਕੋਲ ਬਚਾ ਕੇ ਰੱਖੋ ਸੇਵਿੰਗ ਬਾਏ ਚਾਂਸ ਕਿਤੇ ਲੋੜ ਪੈ ਜੇ ਹਨਾ ਉਹ ਬੰਦੇ ਨੂੰ ਮੈਨੂੰ ਲੱਗਦਾ ਉਹਦੇ ਅੰਦਰ ਬਹੁਤ ਸਬਰ ਹੁੰਦਾ ਹਨਾ ਉਹ ਕਿਸੇ ਚੀਜ਼ ਨੂੰ ਲੈ ਕੇ ਇਹ ਕਹ ਦੂਗਾ ਵੀ ਇਹ ਚੀਜ਼ ਥੋੜੀ ਖਾ ਲਾ ਪਰ ਅਭੀ ਸਬਰ ਕਰ ਹਨਾ ਵੀ ਉੱਥੇ ਕੀ ਆ ਆਪਾਂ ਨੂੰ ਸੇਵਿੰਗ ਬਹੁਤ ਜ਼ਰੂਰੀ ਹੁੰਦੀ ਹੈ ਹੁਣ ਜਦੋਂ ਆਪਾਂ ਬੱਚੇ ਨੂੰ ਘਰਾਂ ਵਿੱਚ ਕੰਮ ਹੀ ਨਹੀਂ ਸਿਖਾਉਂਦੇ ਹੈਗੇ ਉਹ ਬੱਚੇ ਨੂੰ ਤੇ ਫਿਰ ਕਿਉਂ ਘੰਟਾ ਘੰਟਾ ਆਪਾਂ ਖਾਣਾ ਬਣਾ ਕੇ ਦੇ ਵੀ ਦੀ ਨਾ ਪਰੋਸ ਵੀ ਦਈਏ ਤੋਂ ਘੰਟਾ ਘੰਟਾ ਬੱਚੇ ਉਹਨੂੰ ਹੀ ਕਿੰਨੀ ਦੇਖੀ ਜਾਂਦੇ ਖਾਂਦੇ ਵੀ ਨਹੀਂ ਹਨਾ ਤੇ ਉੱਥੇ ਮਾਪੇ ਨੂੰ ਕਿੰਨਾ ਬੁਰਾ ਲੱਗਦਾ ਵੀ ਅਸੀਂ ਇੰਨੀ ਮਿਹਨਤ ਕਰਕੇ ਇਹਨਾਂ ਵਾਸਤੇ ਖਾਣਾ ਤਿਆਰ ਕੀਤਾ ਤੇ ਖਾਂਦੇ ਵੀ ਨਹੀਂ ਪਈ ਹੈਗੇ ਹਨਾ ਤੇ ਵੀ ਮੇਨ ਲੱਗਦਾ ਉਹ ਚੀਜ਼ਾਂ ਆਪਾਂ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਹਾਂਜੀ ਅੱਜ ਦੇਖੋ ਹੁਣ ਆਪਣੀ ਮੰਮੀ ਹਰ ਕੇ ਹੁੰਦੇ ਸੀ ਹੈਨਾ ਜਦੋਂ ਆਪਾਂ ਲੱਗਦੇ ਹੁੰਦੇ ਸੀ ਕੰਮ ਕਰਨ ਦੇ ਤਾਂ ਆਪਾਂ ਨਿੱਕੇ ਨਿੱਕੇ ਨੂੰ ਲਾ ਲੈਂਦੇ ਹੁੰਦੇ ਸੀ ਹੈਨਾ ਨਿੱਕੇ ਨਿੱਕੇ ਹੁੰਦੇ ਨੇ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਦੇ ਦਿੰਦੇ ਹੁੰਦੇ ਸੀ ਹੈਨਾ ਜਾਂ ਜਾਂ ਸੱਤਵੀਂ ਅੱਠਵੀਂ ਚ ਪੜਦੇ ਹੁੰਦੇ ਸੀ ਤੇ ਉਦੋਂ ਕਹਿ ਦਿੰਦੇ ਹੁੰਦੇ ਸੀ ਵੀ ਚਾਹ ਬਣਾ ਲਿਆ ਉਹ ਹੈਨਾ ਵੀ ਜੇ ਕੋਈ ਘਰਾਂ ਚ ਤਾਈ ਜਾਂ ਚਾਚੀ ਆਈ ਤੇ ਆਪਾਂ ਕਹਦੇ ਨਾ ਪਾਣੀ ਫੜਾਓ ਪਹਿਲਾਂ ਜਾਂ ਫਿਰ ਚਾਹ ਵੀ ਕਰ ਲਿਆਓ ਤੇ ਉਦੋਂ ਵੀ ਫਿਰ ਆਪਾਂ ਨੂੰ ਇਹ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਸੀ ਵੀ ਜਦੋਂ ਸਾਡੇ ਕੋਈ ਹੋਰ ਆਇਆ ਤਾਂ ਅਸੀਂ ਪਾਣੀ ਲੈ ਕੇ ਜਾਣਾ ਹੈਨਾ ਤੇ ਅੱਜ ਕੱਲ ਦਾ ਹਿਯਾਰ ਵੀ ਚਲੋ ਪੜਨ ਵਿੱਚ ਵੀ ਹਿਯਾਰ ਆਪਾਂ ਪਹਿਲੇ ਨੰਬਰ ਤੇ ਵੀ ਆਉਂਦਾ ਵੀ ਉਹ ਮੜ ਮੋਟਾ ਹੋ ਵੀ ਚੱਜਣਾ ਚਾਹੀਦਾ ਹੈ ਨਾ ਜੀ ਵੀ ਉਹਨਾਂ ਨੂੰ ਐ ਹੁੰਦਾ ਸਾਡਾ ਬੱਚਾ ਪੜਦਾ ਵੀ ਜਦੋਂ ਸਾਡਾ ਬੱਚਾ ਪੜੀ ਜਾਂਦਾ ਤੇ ਆਪਾਂ ਜੀ ਉਹਨੂੰ ਕਰਕੇ ਆਪਣੇ ਕੋਈ ਰਿਸ਼ਤੇਦਾਰ ਆਇਆ ਹੈ ਨਾ ਵੀ ਉਹਨੂੰ ਪਾਣੀ ਫੜਾ ਕੇ ਆਵੇ ਨਾਲੇ ਤੇ ਬੱਚਾ ਪਾਣੀ ਫੜਾ ਕੇ ਆਵੇ ਨਾਲੇ ਸਾਸਰੀ ਕਾਲ ਬੁਲਾ ਕੇ ਆਵੇ ਹੈ ਨਾ ਤੇ ਇਹਨਾਂ ਦੇ ਬੱਚੇ ਨੂੰ ਬੋਲਣ ਦਾ ਪਤਾ ਲੱਗ ਜਾਂਦਾ ਹੈ ਨਾ ਤੇ ਕਈ ਆਪਾਂ ਬੱਚੇ ਵੇਖੇ ਵੀ ਪੜਾਈ 'ਚ ਬਹੁਤ ਜ਼ਿਆਦਾ ਹਿਯਾਰ ਹੁੰਦੇ ਆ ਨਾ ਤੇ ਵੀ ਆਪਦੇ ਪੜ੍ਹਾਈ 'ਚ ਮਗਨ ਰਹਿੰਦੇ ਜੇ ਕਿਸੇ ਦੇ ਘਰ ਇਹ ਵੀ ਜਗ੍ਹਾ ਕਿ ਤੇ ਅਗੋ ਸੱਸਰੀ ਕਾਲ ਵੀ ਨਹੀਂ ਬੁਲਾਉਂਦੇ ਨਾ ਹਉ ਬੁਲਾਉਂਦੇ ਹਨਾ ਤੇ ਉਹ ਆਪਦੇ ਆਪ ਕੀ ਰਹਿੰਦੇ ਕਿ ਉਹਨਾਂ ਨੂੰ ਕੱਲੀ ਪੜ੍ਹਾਈ ਦਾ ਹੀ ਪਤਾ ਹੁੰਦਾ ਹੋਰ ਗੱਲਾਂ ਕੋਈ ਸਿਖਾਉਂਗਾ ਹੀ ਨਹੀਂ ਉਹਨਾਂ ਨੂੰ ਹੂੰ ਮੈਨੂੰ ਲੱਗਦਾ ਨਾ ਬੱਚੇ ਨੂੰ ਇੰਡੀਪੈਂਡੈਂਟ ਬਣਾਉਣਾ ਬਹੁਤ ਜ਼ਰੂਰੀ ਹੈ ਹਨਾ ਕਿਉਂ ਆਪਦੀ ਛੋਟੀ ਜੀ ਮੁਸੀਬਤ ਜਿਹੜੀ ਉਹ ਤਾਂ ਖੁਦ ਚੱਲ ਸਕੇ ਚਲ ਵੱਡੀ ਤਾਂ ਨਹੀਂ ਚੱਲ ਸਕਦਾ ਹੈਗਾ ਹਨਾ ਜਿਵੇਂ ਹੁਣ ਤੁਸੀਂ ਕਹਾਂ ਵੀ ਕੋਈ ਰਿਸ਼ਤੇਦਾਰ ਆਉਂਦਾ ਬੱਚੇ ਨੂੰ ਪਾਣੀ ਵਗੈਰਾ ਫੜਾਉਣਾ ਚਾਹੀਦਾ ਉਹਨਾਂ ਨੂੰ ਪਤਾ ਲੱਗਦਾਗਾ ਹੁਣ ਮੇਰੀ ਇੱਕ ਫਰੈਂਡ ਆ ਜੇ ਉਹਨਾਂ ਘਰੇ ਕੋਈ ਜਾਵੜੇ ਨਾ ਤੇ ਉਹ ਪਹਿਲਾਂ ਇਹੀ ਪਜ਼ਲ ਹੋ ਜਾਂਦੀ ਵੀ ਮੈਂ ਉਹਨੂੰ ਪਾਣੀ ਫੜਾਉਣਾ ਹੈ ਹਨਾ ਵੀ ਪਹਿਲਾਂ ਆਪਾਂ ਪਾਣੀ ਪੁਛਦੇ ਆ ਬੰਦੇ ਨੂੰ ਹਨਾ ਜਿਹੜਾ ਕੋਈ ਘਰੇ ਆਂਦਾ ਤੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਮੈਂ ਉਹਨਾਂ ਨੂੰ ਪਾਣੀ ਫੜਾਉਣੇ ਮੈਂ ਕਿਵੇਂ ਫੜਾਵਾਂ ਹਨਾ ਉੱਥੇ ਪਜ਼ਲ ਹੋਈ ਜਾਂਦੀ ਹੈ ਕਿਤੇ ਇੱਧਰ ਚੱਲ ਗਏ ਕਿਤੇ ਉੱਧਰ ਚੱਲ ਗਏ ਵੀ ਮਤਲਬ ਆਪਾਂ ਨੂੰ ਬੱਚੇ ਨੂੰ ਇੰਨਾ ਕੁ ਤਾਂ ਸਿਖਾਉਣਾ ਚਾਹੀਦਾ ਹਨਾ ਵੀ ਚਲੋ ਆਪਾਂ ਵੈਸੇ ਘਰਾਂ ਦੇ ਵਿੱਚ ਕੰਮ ਨਹੀਂ ਕਰਾਉਂਦੇ ਹੈਗੇ ਹਨਾ ਪਰ ਵੀ ਬੱਚੇ ਨੂੰ ਇੰਨਾ ਕੁ ਜ਼ਰੂਰ ਸਿਖਾਓ ਵੀ ਕਿ ਉਹ ਕੋਈ ਘਰੇ ਆਉਂਦਾ ਹਨਾ ਤੁਸੀਂ ਘਰੇ ਹੈ ਨਹੀਂ ਉਹ ਇੰਨਾ ਕੁ ਟਾਈਮ ਤਾਂ ਮੈਨੇਜ ਕਰ ਸਕੀ ਉਹਨਾਂ ਨਾਲ ਹਨਾ ਹੁਣ ਬੱਚੇ ਹੈਗੇ ਪੜਨ ਚ ਚਲੋ ਹੁਸ਼ਾਰਾ ਉਹ ਗੱਲ ਵੱਖਰੀ ਹੁੰਦੀ ਹੈ ਹੁਣ ਇੱਕ ਬੱਚਾ ਆਇਆ ਕੋਈ ਰਿਸ਼ਤੇਦਾਰ ਆਇਆ ਉਹਨਾਂ ਕੋਲ ਜਾ ਹੀ ਨਹੀਂ ਰਿਹਾ ਅਗਲਾ ਕਹਿੰਦੇ ਨੇ ਤੇ ਲੈ ਬੜੇ ਇਹਨਾਂ ਦੇ ਬੱਚੇ ਹਨਾ ਵੀ ਅੰਦਰ ਹੀ ਬੜੇ ਬੈਠੇ ਆ ਸਾਨੂੰ ਬੁਲਾਇਆ ਇਹਦੀ ਨਹੀਂ ਹਾਂ ਵੀ ਬਾਹਰ ਹੀ ਨਹੀਂ ਆਉਂਦਾ ਉੱਥੇ ਮੇਰੇ ਨਾਲ ਤਾਂ ਥੋੜੀ ਇਮੇਜ ਘਟਦੀ ਆ ਵੱਧ ਹੀ ਨਹੀਂ ਹੈਗੀ ਕੀ ਹਨਾ ਵੀ ਇੱਕ ਬੱਚਾ ਹੁਣ ਆਪਾਂ ਪਿੰਡਾਂ ਦੇ ਵਿੱਚ ਕਹਿੰਨੇ ਮੈਨੂੰ ਲੱਗਦਾ ਕੋਈ ਬਹੁਤ ਰੇਅਰ ਬੱਚੇ ਹੋਣਗੇ ਜਿਹੜੇ ਨਹੀਂ ਕਿਸੇ ਨੂੰ ਬੁਲਾਉਂਦੇ ਘਰੇ ਆਏ ਨੂੰ ਹਨਾ ਤੇ ਨਹੀਂ ਪਿੰਡਾਂ ਦੇ ਜੁਆਕਾਂ ਦੇ ਵਿੱਚ ਮਿਲਣਾ ਦਾ ਇਹ ਸਲੀਕਾ ਬਹੁਤ ਹੁੰਦਾ ਵੀ ਆਪਾਂ ਕਿਸੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਜੇ ਘਰ ਆਏ ਨੂੰ ਕਿਵੇਂ ਬੁਲਾਉਣਾ ਹਨਾ ਤੇ ਇਸ਼ਾਰਾਂ ਦੇ ਵਿੱਚ ਇਹ ਗੱਲ ਬਹੁਤ ਘੱਟ ਹੁੰਦੀ ਕਿਉਂਕਿ ਬੱਚਿਆਂ ਨੂੰ ਨਾਲ ਦੇ ਮਾਰੇ ਨਹੀਂ ਪਤਾ ਹੁੰਦਾ ਹਨਾ ਉਹ ਕਿਤੇ ਬਾਰੰਦਰ ਮੇਲਾ ਦਾ ਇੰਨੇ ਆਪਾ ਕੱਢਦੇ ਨਹੀਂ ਹੈਗੇ ਸ਼ਹਿਰਾਂ ਦੇ ਬੱਚਿਆਂ ਨੂੰ ਉਹ ਅੰਦਰ ਅੰਦਰ ਹੀ ਵਡੇ ਰਹਿੰਦੇ ਨੇ ਉਹਨਾਂ ਨੂੰ ਆਂਡ ਗਵਾਂਡ ਦਾ ਵੀ ਨਹੀਂ ਪਤਾ ਹੁੰਦਾ ਹੈਗਾ ਕਈਆਂ ਨੂੰ ਤਾਂ ਤੇ ਫਿਰ ਉਹ ਰਿਸ਼ਤੇਦਾਰ ਆਏ ਦੀ ਕੀ ਉਹਨਾਂ ਨੂੰ ਬੁਲਾਉਣਗੇ ਹਨਾ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਕੀ ਲੱਗਦਾ ਹੈਗਾ ਤੇ ਮੇਲਾ ਦਾ ਬੱਚੇ ਨੂੰ ਇੰਨਾ ਕਿ ਤਾਂ ਆਪਾਂ ਨੂੰ ਸੁਖਾਉਣਾ ਚਾਹੀਦਾ ਵੀ ਜੇ ਕੱਲ ਨੂੰ ਕੋਈ ਘਰੇ ਆਉਂਦਾ ਤਾਂ ਆਪਾਂ ਨੂੰ ਪਤਾ ਹੋਵੇ ਵੀ ਆਪਣਾ ਲੱਗਦਾ ਕੀ ਇਤਿਜਾਮ ਇਹਦੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਦੇਖੋ ਅੱਗੇ ਆਪਣੇ ਮੰਮੀ ਹਰ ਕੇ ਆਪਾਂ ਨੂੰ ਕੰਮ ਕਰਵਾਉਂਦੇ ਹਨਾ ਤੇ ਨਿੱਕੇ ਨਿੱਕੇ ਕੰਮ ਵੀ ਕਰਵਾਈ ਜਾਂਦੇ ਜਾਂ ਮੰਮੀ ਆ ਰਹੇ ਨੇ ਕੱਪੜੇ ਧੋਣ ਅਦਨ ਇਸ ਵੀ ਚੰਗੀ ਤਰ੍ਹਾਂ ਝਾੜ ਕੇ ਕੱਪੜੇ ਨੂੰ ਪਾਓ ਹਨਾ ਵੀ ਜਾਂ ਜਿਹੜੇ ਵੱਡੇ ਕੱਪੜੇ ਜਾਂ ਭਾਰੇ ਕੱਪੜੇ ਉਹ ਪਹਿਲਾਂ ਪਾਓ ਤੁਸੀਂ ਜਿਹੜੇ ਨਿੱਕੇ ਉਹ ਬਾਅਦ ਚ ਪਾਓ ਹਨਾ ਵੀ ਜਾਂ ਇੱਧਰ ਨੂੰ ਸੂਰਜ ਆਏਗਾ ਇੱਧਰ ਨੂੰ ਨਹੀਂ ਹਨਾ ਵੀ ਹੁਣ ਇਹ ਜਿਹੇ ਕੰਮ ਆ ਵੀ ਆਪਾਂ ਨੂੰ ਨਿੱਕੇ ਨਿੱਕੇ ਦੱਸਣੇ ਨਹੀਂ ਸੀ ਪਹਿਨੇ ਮਾਪੇ ਇੱਕ ਵਾਰ ਦੱਸ ਦਿੰਦਾ ਆਪਾਂ ਨੂੰ ਆਪਦੇ ਆ ਵੀ ਪਤਾ ਲੱਗ ਜਾਂਦਾ ਸੀ ਵੀ ਆਹ ਕੰਮ ਅਸੀਂ ਆਏ ਕਰਨਾ ਹੀ ਕਰਨਾ ਹੂੰ ਜਿਵੇਂ ਹੁਣ ਮੇਰੀ ਦਾਦੀ ਹੋਰੀ ਕਹਿੰਦੇ ਹੁੰਦੇ ਆ ਨਾ ਵੀ ਪਹਿਲਾਂ ਤਾਂ ਵੀ ਆ ਪ੍ਰੈਸਾਂ ਵਗੈਰਾ ਨਹੀਂ ਹੁੰਦੀਆਂ ਸੀਗੀਆਂ ਨਾ ਵੀ ਉਹਨਾਂ ਨੂੰ ਹੀ ਹੁੰਦਾ ਸੀ ਵੀ ਕਿਤੇ ਵੀ ਜਾਣ ਦੀ ਜਦੋਂ ਵੀ ਜ਼ਰੂਰਤ ਪਵੇ ਹਨਾ ਵੀ ਉਹਨਾਂ ਅਗਲਾ ਕਹਿੰਦਾ ਵੀ ਲਾ ਤੋੜੇ ਚੋਂ ਕੱਢ ਕੇ ਲੈ ਆਂਦਾ ਕਪੜਾ ਜਿੱਚ ਵਟ ਹੋਣਾ ਤੇ ਉਹ ਕੀ ਇਹ ਪਹਿਲਾਂ ਹੀ ਜਦੋਂ ਕਪੜਾ ਉਹਨਾਂ ਨੇ ਪਾਉਣਾ ਤੇ ਉਹਨਾਂ ਨੇ ਪੂਰਾ ਇੰਚਾੜ ਵਗੈਰਾ ਕੀ ਪਾਉਣਾ ਵੀ ਉਹਦੇ ਵਿੱਚ ਵਾਲ ਨਾ ਰਹਿਣ ਤੇ ਫਿਰ ਉਹਨਾਂ ਨੇ ਖੋਦੀ ਮਤਲਬ ਉਹ ਇਦਾਂ ਤੈਅ ਲਾਉਣੀ ਤੇ ਉਹਨਾਂ ਨੇ ਕਿਸੇ ਚੀਜ਼ ਦੇ ਥੱਲੇ ਦੇ ਦੇਣਾ ਵੀ ਉਹ ਪ੍ਰੈਸ ਕੀਤਾ ਹੀ ਲੱਗਦਾ ਸੀਗਾ ਹਣਾ ਵੀ ਉਹ ਚੀਜ਼ਾਂ ਉਹ ਸਿੱਖਿਆ ਮ ਆਪਾਂ ਨੂੰ ਹੁਣ ਵੀ ਹਜੇ ਵੀ ਦਿੰਦੇ ਉਹ ਭਲੰਪ੍ਰੈਸਾਂ ਆਈ ਗਈਆਂ ਹਨਾ ਵੀ ਬਾਈ ਚਾਂਸ ਲਾਈਟ ਨਾ ਹੋਵੇ ਜਾਂ ਪ੍ਰੈਸ ਨਾ ਚੱਲਦੀ ਹੋਵੇ ਤਾਂ ਵੀ ਆਪਾਂ ਉਹ ਚੀਜ਼ਾਂ ਨੂੰ ਕਿਵੇਂ ਦੇਖਣਾ ਹੈਗਾ ਹਨਾ ਕਿਉਂਕਿ ਹਰ ਇੱਕ ਬੱਚੀ ਦਾ ਹੀ ਹੁਣ ਇਹ ਬਣ ਗਿਆ ਹੈਗਾ ਵੀ ਕੋਈ ਵੀ ਕੱਪੜੇ ਪ੍ਰੈਸ ਕਰੇ ਬਿਨਾ ਨਹੀਂ ਪਾ ਸਕਦਾ ਹੈਗਾ ਹਨਾ ਆਪਾਂ ਦੇਖ ਕਿ ਆਪਾਂ ਕਹਿੰਦੇ ਵੀ ਨਹੀਂ ਪਾਉਣੇ ਹੈਗੇ ਆ ਕੱਪੜੇ ਤਾਂ ਉੱਥੇ ਮਿਲਦਾ ਆਪਾਂ ਨੂੰ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣਾ ਬਹੁਤ ਜ਼ਰੂਰੀ ਹੋ ਜਾਂਦੀਆਂ ਹੁਣ ਕਈ ਮਾਵਾਂ ਕਹਿ ਦਿੰਦੀਆਂ ਵੀ ਮੈਂ ਆਪਦੀ ਧੀ ਨੂੰ ਕੰਮ ਨਹੀਂ ਲਾਉਣਾ ਸਾਰੀ ਉਮਰ ਇਹਨੇ ਕੰਮ ਹੀ ਕਰਨਾ ਹੈ ਨਾ ਬਹੁਤੀਆਂ ਹੀ ਮਾਵਾਂ ਇਹ ਕਹਿੰਦੀਆਂ ਉਹ ਘਰਾਂ ਦੇ ਵਿੱਚ ਕੰਮ ਨਹੀਂ ਲਾਉਂਦੇ ਹੈਗੇ ਹੈ ਨਾ ਉਹਨਾਂ ਨੂੰ ਪਾਣੀ ਦਾ ਗਲਾਸ ਤੱਕ ਖੁਦ ਫੜਾ ਕੇ ਆਉਂਦੇ ਆ ਮਾਵਾਂ ਦਾ دل ਹੀ ਨਹੀਂ ਕਰਦਾ ਧੀ ਨੂੰ ਕੰਮ ਲਾਉਣ ਨੂੰ ਜੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਨਾ ਵੀ ਉਹਨਾਂ ਨਾਲ ਖੁਦ ਵੀਤੀ ਹੁੰਦੀ ਹੈ ਵੀ ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਤੇ ਬਾਅਦ ਚ ਵੀ ਕੰਮ ਕੀਤਾ ਹੁਣ ਕਈ ਕੁੜੀਆਂ ਦਾ ਵੀ ਇਹ ਮੰਨਣਾ ਹੁੰਦਾ ਹੈ ਨਾ ਵੀ ਉਹਨਾਂ ਨੂੰ ਇਹ ਹੁੰਦਾ ਵੀ ਜੇ ਸ਼ੁਰੂ ਵਿੱਚ ਉਹਨਾਂ ਨੇ ਕੰਮ ਕੀਤਾ ਉਹ ਕਿਸੇ ਨੂੰ ਦੱਸਦੀਆਂ ਨਹੀਂ ਹੈਗੀਆਂ ਵੀ ਅਸੀਂ ਕੰਮ ਜਾਣਦੀਆਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਨਾ ਵੀ ਉਹਨਾਂ ਨੇ ਦੇਖਿਆ ਹੁੰਦਾ ਇਹ ਚੀਜ਼ਾਂ ਹੁਣ ਕਿਸੇ ਦਾ ਰਿਸ਼ਤਾ ਆਉਂਦਾ ਤੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਦੱਸਾਂਗੇ ਨਾ ਵੀ ਸਾਨੂੰ ਕੰਮ ਆਉਂਦਾ ਤੇ ਪਹਿਲਾਂ ਤਾਂ ਅਸੀਂ ਆਪਦੇ ਪੇਕੇ ਕੰਮ ਕੀਤਾ ਫਿਰ ਸਾਨੂੰ ਸੌਰੇ ਵੀ ਉਹੋ ਜੇ ਲੱਭਣਗੇ ਉਹ ਵੀ ਕੰਮ ਵਾਲੀ ਕੁੜੀ ਚਾਹੀਦੀ ਤੇ ਉੱਥੇ ਵੀ ਸਾਨੂੰ ਕੰਮ ਹੀ ਕਰਨਾ ਪਊਗਾ ਹਨਾ ਉਹ ਕਿਸੇ ਦੀ ਕਿਸਮਤ ਇਹੋ ਜੀ ਹੁੰਦੀ ਜਿਹਨੂੰ ਸੌਰੀ ਜਾ ਕੇ ਕੰਮ ਨਾ ਕਰਨਾ ਪਵੇ ਪਰ ਕੰਮ ਤਾਂ ਬੰਦੇ ਦੇ ਕਰਮ ਆ ਮੇਨ ਲਾਦਾ ਜੇ ਇੱਕ ਆਪਾਂ ਮਸ਼ੀਨ ਆ ਉਹਨੂੰ ਨਾ ਚਲਾਵਾਂਗੇ ਉਹ ਜਾਮ ਹੋ ਜੂਗੀ ਹਨਾ ਤੇ ਜੇ ਆਪਾਂ ਕੰਮ ਹੀ ਨਾ ਕਰਾਂਗੇ ਤਾਂ ਮੇਨਾਂ ਦਾ ਵੀ ਆਪਣਾ ਸਰੀਰ ਵੀ ਉਦਾਂ ਦਾ ਨੇਟਾਲ ਹੋ ਜਾਂਦਾਗਾ ਹੁਣ ਕਿਸੇ ਦਾ ਪਰਿਸ਼ਤਾ ਲੱਭਦੇ ਆ ਇੱਕ ਕੁੜੀ ਨੂੰ ਤਾਂ ਆਪਾਂ ਕਹਿ ਦਿੰਦੇ ਆ ਹਨਾ ਵੀ ਸਾਡੀ ਕੁੜੀ ਨੂੰ ਕੰਮ ਨਹੀਂ ਆਉਂਦਾ ਅਸੀਂ ਸਿਖਾਇਆ ਨਹੀਂ ਤੇ ਨਾ ਹੀ ਇਹ ਕਰੂਗੀ ਸੌਰੀ ਜਾ ਕੇ ਹਨਾ ਤੇ ਜਦੋਂ ਮੁੰਡੇ ਵਾਸਤੇ ਰਿਸ਼ਤਾ ਆਪਾਂ ਲੱਭਦੇ ਆ ਨਾ ਤੇ ਉੱਥੇ ਆਪਾਂ ਇਹ ਕਹਿੰਦੇ ਵੀ ਤੁਹਾਡੀ ਕੁੜੀ ਕੰਮ ਕਰਨ ਵਾਲੀ ਹੋਣੀ ਚਾਹੀਦੀ ਹੈ ਵੀ ਸਾਨੂੰ ਤਾਂ ਨੂੰ ਏਦਾਂ ਦੀ ਚਾਹੀਦੀ ਹੈ ਨਾ ਪਰ ਉੱਥੇ ਆਪੇ ਇਹ ਸੋਚੀ ਇਹ ਨਾ ਵੀ ਜੇ ਅਸੀਂ ਆਪਦੀ ਬੇਟੀ ਨੂੰ ਕੰਮ ਨਹੀਂ ਲਾਉਂਦੇ ਤੇ ਫਿਰ ਉਹਨਾਂ ਦੀ ਬੇਟੀ ਵੀ ਉਹਨਾਂ ਵਾਸਤੇ ਉਣੀ ਆ ਹਨਾ ਤੇ ਵੀ ਦੋਨਾਂ ਵਾਸਤੇ ਬਰਾਬਰ ਹੋਣਾ ਚਾਹੀਦਾ ਵੀ ਜੇ ਤੁਸੀਂ ਨਹੀਂ ਆਪਦੀ ਬੇਟੀ ਨੂੰ ਕੰਮ ਲਾਇਆ ਫਿਰ ਤੁਸੀਂ ਨੂੰ ਕਿਉਂ ਕੰਮ ਵਾਲੀ ਭਾਲਦੇ ਆ ਹਨਾ ਫਿਰ ਉਹ ਵੀ ਤੁਸੀਂ ਓਦਾਂ ਦੀ ਲੱਭੋ ਨਾ ਵੀ ਅਗਲਾ ਕਵੀ ਵੀ ਹਾਂ ਵੀ ਵਾਕਈ ਵੀ ਇਹਨਾਂ ਨੇ ਧੀ ਵਾਂਗ ਹੀ ਰੱਖੀ ਇਹ ਨੂੰਗੀ ਪਰ ਉਹਦੇ ਵਿੱਚ ਆਪਾਂ ਫਰਕ ਕਰ ਲੈਣੇ ਜੀ ਦੇਖੋ ਹੁਣ ਆਪਾਂ ਜਿਵੇਂ ਕੰਮ ਕਰਨ ਲੱਗਦੀ ਹੈ ਹਨਾ ਵੀ ਜੇ ਆਪਾਂ ਟੀਵੀ ਵੇਖੀ ਜਾਗੇ ਸਾਰਾ ਦਿਨ ਜਾਂ ਫੋਨ ਵੇਖੀ ਜਾਏ ਤੇ ਸ਼ਾਮ ਤੱਕ ਥੱਕ ਜਾਂਦੇ ਹਾਂ ਹਨਾ ਜੇ ਆਪਾਂ ਆਪਦਾ ਘਰ ਦਾ ਕੰਮ ਕਰੀਏ ਖੁਦ ਹਨਾ ਦੀਪੋਂ ਸਫਾਈ ਦੇ ਲਾ ਲੋਪਾ ਮ ਕੋਸ਼ ਲਾ ਲੋ ਤੇ ਆਪਾਂ ਸਰੀਰਕ ਤੌਰ ਤੇ ਤਾਂ ਭਾਵੇਂ ਥੱਕ ਜੀ ਗਏ ਤੇ ਮਾਨਸ ਤੌਰ ਤੇ ਆਪਾਂ ਥੱਕਦੇ ਨਹੀਂ ਹਨਾ ਆਪਾਂ ਨੂੰ ਐ ਹੁੰਦਾ ਵੀ ਅਸੀਂ ਆਹ ਕੰਮ ਕਰ ਲਿਆ ਤੇ ਖੁਸ਼ ਹੋ ਕੇ ਹੁੰਦਾ ਇਹ ਵੀ ਸਾਡਾ ਕੰਮ ਇਹ ਨਿਬੜ ਗਿਆ ਹਨਾ ਤੇ ਕਈ ਭੈਣਾਂ ਤਾਂ ਹੁਣ ਦੇਖਿਆ ਘਰੇ ਕੰਮ ਵੀ ਕਰ ਲੈਂਦੀਆਂ ਹਨਾ ਤੇ ਉਹ ਬਾਹਰ ਨਾਲ ਦੱਸਣ ਤੋਂ ਸ਼ਰਮ ਜੀ ਮਨਦੀਆਂ ਵੀ ਅਗਲਾ ਕੋਈ ਝਾੜੂ ਪੋਚਾ ਵੀ ਆਪ ਕਰਦੇ ਆ ਜਾਂ ਇਹ ਦੂਜਾ ਕੰਮ ਵੀ ਆਪ ਕਰਦੇ ਵੀ ਇਹਨਾਂ ਨੇ ਕੰਮ ਵਾਲੀ ਕਿਉਂ ਨਹੀਂ ਲਾਈ ਹਨਾ ਤੇ ਉਹ ਆਪਦੇ ਕੰਮ ਤੋਂ ਆਪ ਹੀ ਸ਼ਰਮ ਮਨਦੀ ਐ ਦੱਸਣ ਤੋਂ ਜੀ ਦੇਖੋ ਵੀ ਅੱਛਾ ਆਪਣੀਆਂ ਮਾਵਾਂ ਨੇ ਆਪਾਂ ਨੂੰ ਕੰਮ ਸਿਖਾਇਆ ਹਨਾ ਜੀ ਨ ਤੇ ਅੱਜਕੱਲ ਦੇ ਬੱਚੇ ਕੰਮ ਨਹੀਂ ਕਰਦੇ ਹਨਾ ਤੇ ਹੁਣ ਜੇ ਆਪਾਂ ਨੂੰ ਆਮਦਾ ਸੀ ਕੰਮ ਤੇ ਆਪਾਂ ਆਪਦਾ ਕਰ ਲੈਨੇ ਆ ਹਨਾ ਵੀ ਕਈ ਵਾਰ ਵੇਖੋ ਜੀ ਮੈਂ ਸਾਗ ਬਣਾਉਣਾ ਤੇ ਉਹ ਕਿੰਨਾ ਔਖਾ ਬਣਾਉਣਾ ਜੀ ਤੇ ਸਾਗ ਆਪ ਮਸਾਂ ਬਣਾਉਨੇ ਆ ਹਨਾ ਵੀ ਸਾਰਾ ਦਿਨ ਲੱਗ ਜਾਂਦਾ ਇੰਨੀ ਮਿਹਨਤ ਕਰਨੀ ਪੈਂਦੀ ਆ ਆਪਾਂ ਨੂੰ ਹਨਾ ਤੇ ਜੇ ਬੱਚਿਆਂ ਨੂੰ ਸਾਗ ਦੇਈਦਾ ਖਾਣ ਨੂੰ ਤੇ ਉਹ ਕਹਿ ਦਿੰਦੇ ਅਸੀਂ ਤਾਂ ਖਾਣਾ ਨਹੀਂ ਸਾਨੂੰ ਚੰਗਾ ਨਹੀਂ ਲੱਗਦਾ ਹਨਾ ਵੀ ਉਦੋਂ ਪਤਾ ਲੱਗਦਾ ਵੀ ਬੱਚਿਆਂ ਨੂੰ ਜਦੋਂ ਤੁਸੀਂ ਆਪ ਕੰਮ ਕਰੋਗੇ ਤੁਹਾਨੂੰ ਫੇਰ ਪਤਾ ਲੱਗੂ ਹਨਾ ਵੀ ਦੂਜੇ ਦੇ ਕੰਮ ਕਰੇ ਸੀ ਤਾਂ ਤੁਹਾਨੂੰ ਨਿਮੋਚ ਕਰਨੀ ਬਹੁਤ ਸੌਖੀ ਆ ਹੂੰ ਦੇਖੋ ਇੱਕ ਸਾਗ ਬਣਾਉਣ ਤੇ ਜਿਵੇਂ ਸਾਰਾ ਸਾਰਾ ਦਿਨ ਲੱਗ ਜਾਂਦਾ ਹੈ ਨਾ ਇੱਕ ਉਹ ਬੰਦੇ ਦਾ ਵੀ ਸਬਰ ਹੈ ਜਿਹਨੇ ਪੂਰਾ ਦਿਨ ਲਾਇਆ ਉਸ ਚੀਜ਼ ਤੇ ਹੁਣ ਆਪਾਂ ਖੁਆ ਬਣਾਉਨੇ ਆ ਘਰਾਂ ਵਿੱਚ ਹੈ ਨਾ ਘਰਾਂ ਵਿੱਚ ਜਦੋਂ ਖੁਆ ਬਣਾਉਨੇ ਕਿੰਨਾ ਟਾਈਮ ਲੱਗ ਜਾਂਦਾ 5-5 ਘੰਟੇ ਵੀ ਲੱਗ ਜਾਂਦੇ ਉਸ ਚੀਜ਼ ਤੇ ਹੈ ਨਾ ਉਹ ਵਿਚਾਰਾ ਰਿੰਨੀ ਜਾਂਦਾ ਇੱਕ ਜਾਨਾ ਬੈਠਾ ਉਹਦੇ ਚ ਕਿੰਨਾ ਸਬਰ ਹੋਊਗਾ ਕਿ ਉਹ ਉਸ ਚੀਜ਼ ਨੂੰ ਬਣਾਇਆ ਉਹਨੇ ਹੈ ਨਾ ਫਿਰ ਉਹ ਕਦੇ ਵੀ ਇਹ ਨਹੀਂ ਕਹੂਗਾ ਵੀ ਤੁਸੀਂ ਮੇਰੇ ਵਾਸਤੇ ਜ਼ਿਆਦਾ ਰੱਖਿਓ ਚੀਜ਼ ਜਾਂ ਮੇਰੇ ਵਾਸਤੇ ਘੱਟ ਰੱਖਿਓ ਹੈ ਨਾ ਕਿਉਂਕਿ ਉਹਨੇ ਕਿੰਨਾ ਟਾਈਮ ਲਾ ਕੇ ਬਣਾਇਆ ਉਹਦੀ ਕਿੰਨੀ ਮਿਹਨਤ ਲੱਗੀ ਹੈ ਨਾ ਤੇ ਆਪਾਂ ਉਹ ਕੀ 2 ਮਿੰਟਾਂ 'ਚ ਸਾਫ਼ ਕਰ ਦਨੇ ਆ ਤੇ ਉੱਥੇ ਆਪਾਂ ਨੂੰ ਇਹ ਸੋਚਣ ਨੂੰ ਵੀ ਕਰਦਿਨੇ ਜਾਂ ਆਗੋਂ ਐ ਵੀ ਕਹਦੇ ਨੇ ਵੀ ਐ ਸਵਾਦ ਨਹੀਂ ਬਣਿਆ ਹਨਾ ਹਾਂ ਨਿਗੋਚ ਕਿੰਨੀ ਕਰਦੇ ਆ ਵੀ ਹੁਣ ਤੂੰ ਐ ਸਵਾਦ ਨਹੀਂ ਬਣਾਇਆ ਜੇ ਇਹਦੇ ਚ ਆ ਨਹੀਂ ਪਾਇਆ ਮੈਨ ਲੱਗਦਾ ਇੱਕ ਬੰਦੇ ਨੂੰ ਕਹਿਣੀ ਗੱਲ ਬਹੁਤ ਸੌਖੀ ਹੋ ਜਾਂਦੀ ਆ ਹਨਾ ਤੇ ਜਦੋਂ ਆਪਾਂ ਖੁਦ ਕਰਦੇ ਨਾ ਉਹ ਚੀਜ਼ ਨੂੰ ਤੇ ਖੁਦ ਉਸ ਚ ਕੋਈ ਨਿਗੋਚ ਕਰੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਉਹ ਕਿੰਨਾ ਆਪਾਂ ਨੂੰ ਦੁੱਖ ਹੁੰਦਾ ਉਸ ਚੀਜ਼ ਦਾ ਹਨਾ ਵੀ ਅਸੀਂ ਇੰਨੀ ਮਿਹਨਤ ਕਰਕੇ ਉਹ ਚੀਜ਼ ਬਣਾਈ ਵੀ ਤੇ ਉਹ ਕਿਸੇ ਨੂੰ ਪਸੰਦ ਵੀ ਨਹੀਂ ਆਈ ਹਨਾ ਜਿਵੇਂ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਨੂੰ ਕੰਮ ਕਰਨਾ ਹੀ ਪੈਂਦਾ ਜ਼ਿੰਦਗੀ ਦੇ ਵਿੱਚ ਹੁਣ ਕੋਈ ਵੀ ਕੰਮ ਆ ਇਹ ਆਪਣੇ ਅੰਦਰ ਆਪਾਂ ਨੂੰ ਕਿਸੇ ਨੇ ਰੋਟੀ ਬਣਾ ਕੇ ਦੇਤੀ ਉਹਦੀ ਬੁਰਕੀ ਤੋੜ ਕੇ ਆਪਾਂ ਨੂੰ ਖੁਦ ਮੂੰਹ ਚ ਪਾਉਣੀ ਪਊਗੀ ਕੋਈ ਨਹੀਂ ਪਾਉਂਦਾ ਹੈਗਾ ਹਨ ਤੇ ਉੱਥੇ ਕੀ ਆ ਹੁਣ ਕੰਮ ਤਾਂ ਬੰਦੇ ਦੇ ਕਰਮ ਆ ਉਹਨੂੰ ਕੀ ਹੈ ਜ਼ਿੰਦਗੀ ਦੇ ਵਿੱਚ ਆਪਾਂ ਇੰਨਾ ਕ ਬੱਚੇ ਨੂੰ ਇੰਡੀਪੈਂਡੈਂਟ ਬਣਾ ਦਈਏ ਵੀ ਉਹ ਖੁਦ ਕਮਾ ਸਕੇ ਖੁਦ ਬਣਾ ਸਕੇ ਤੇ ਖੁਦ ਖਾ ਸਕੇ ਹਨਾ ਇੰਨੇ ਕ ਬੱਚੇ ਨੂੰ ਵੱਲ ਸਿਖਾ ਦਈਏ ਆਪਾਂ ਸ਼ੁਰੂ ਤੋਂ ਜਦੋਂ ਆਪਾਂ ਇੱਕ ਬੱਚੇ ਨੂੰ ਕੰਮ ਸਿਖਾਇਆ ਹੋਊਗਾ ਤਾਂ ਉਹਨੂੰ ਕਦੇ ਵੀ ਇਹ ਚੀਜ਼ਾਂ ਦੀ ਦਿੱਕਤ ਹੀ ਨਹੀਂ ਹੋਊਗੀ ਜਿਵੇਂ ਹੁਣ ਕੀ ਆਪਾਂ ਬਚਪਨ ਦੇ ਵਿੱਚ ਕਰਦੇ ਹੁੰਦੇ ਸੀ ਨਾ ਵੀ ਇਹ ਨਹੀਂ ਹੁੰਦਾ ਹੈਗਾ ਹਨਾ ਵੀ ਆਪਾਂ ਇੱਕ ਤੇ ਕੰਮ ਥੋਪ ਦਈਏ ਘਰਾਂ ਦੇ ਵਿੱਚ ਕੀ ਹੁੰਦਾ ਵੀ ਆਪਾਂ ਕਹਿ ਦਿੰਨੇ ਆ ਵੀ ਘਰ ਇੱਕ ਔਰਤ ਵਸਤੀ ਹੁੰਦਾ ਤੇ ਉਹੀ ਕੰਮ ਸਾਰਾ ਕਰਦੀ ਆ ਇਹ ਨਹੀਂ ਹੁੰਦਾ ਇੱਕ ਮਰਦ ਵੀ ਕਰ ਸਕਦਾ ਕੋਈ ਬੱਚੇ ਵੀ ਕਰ ਸਕਦੇ ਆ ਹਨ ਉਹ ਕੰਮ ਵਾਸਤੇ ਜਿਵੇਂ ਹੁਣ ਆਪਾਂ ਬਚਪਨ ਦੇ ਵਿੱਚ ਹੁੰਦਾ ਸੀ ਕੋਈ ਚੀਜ਼ ਖਾਣੀ ਹੈ ਨਾ ਆਪਣੇ ਬਜ਼ੁਰਗਾਂ ਨੇ ਕਹਿ ਦਿੰਨੀ ਵੀ ਜੇ ਇੱਕ ਨਹੀਂ ਉਤੇ ਕਬਜ਼ਾ ਕਰ ਲੈਣਾ ਤੇ ਬਜ਼ੁਰਗਾਂ ਨੇ ਕਹਿ ਦਿੰਨਾ ਵੀ ਸਾਰੇ ਖਾਣ ਖੰਡ ਖਾਣ ਇੱਕ ਖਾਵੇ ਹੱਡ ਖਾਵੇ ਹਨ ਵੀ ਮਤਲਬ ਇੱਕ ਬੰਦਾ ਜਿਹੜਾ ਉਹ ਨਹੀਂ ਇੰਨਾ ਕੰਮ ਕਰ ਸਕਦਾ ਹੈਗਾ ਵੀ ਆਪਾਂ ਨੂੰ ਸਾਰੇ ਨੂੰ ਵੰਡ ਕੇ ਹੀ ਕਰਨਾ ਪਊਗਾ ਹਨ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾਗਾ ਵੀ ਕਿਰਤ ਕਰੋ ਵੰਡ ਛਕੋ ਹਨ ਵੀ ਕਿਰਤ ਜਿਹੜੀ ਉਹ ਆਪਾਂ ਨੂੰ ਹੱਥੀਂ ਕੰਮ ਤਾਂ ਕਰਨਾ ਚਾਹੀਦਾ ਈ ਆਪਾਂ ਨੂੰ ਜੀਵਨ ਜਾਂਚ ਸਿਖਾਉਂਦਾ ਹੈ ਨਾ ਇਹ ਆਪਣੀ ਜ਼ਿੰਦਗੀ ਦਾ ਹਿੱਸਾ ਵੀ ਆਪਾਂ ਕੰਮ ਕਰਨਾ ਹੀ ਕਰਨਾਗਾ ਤੇ ਕਿਰਤ ਕਰੋ ਮੈਨੂੰ ਮੈਂ ਤਾਂ ਹੀ ਸਮਝਦੀ ਹੁੰਨੀ ਵੀ ਦਸਾਂ ਨੌਹਾਂ ਦੀ ਕਮਾਈ ਹੈ ਜਿਹੜੀ ਉਹ ਤੁਹਾਨੂੰ ਕਦੇ ਵੀ ਤੋਖਾ ਨਹੀਂ ਦੇਊਗੀ ਹਨਾ ਕਿਉਂਕਿ ਆਪਾਂ ਕੋਈ ਠੱਗੀ ਚੋਰੀ ਦੀ ਚੀਜ਼ ਸੌ ਆਪਾਂ ਲੈ ਲੈਂਦੇ ਆ ਹਨਾ ਤੇ ਉਹ ਚੀਜ਼ ਆਪਾਂ ਨੂੰ ਹਮੇਸ਼ਾ ਤੋਖਾ ਦਿੰਦੀ ਹੀ ਦਿੰਦੀ ਹੈ ਤਾਂ ਮੇਨਾਂ ਦਾ ਆਪਾਂ ਇੰਨੇ ਕੁ ਸਮਝਦਾਰ ਹੋ ਜਾਈਏ ਕਿ ਆਪਾਂ ਖੁਦ ਦਾ ਕੰਮ ਖੁਦ ਕਰ ਸਕੀਏ ਇਹ ਫੋਗਦੇ ਆਪਣੀ ਮੰਮੀ ਜਿਹੜੀਆਂ ਕੰਮ ਕਰਦੀਆਂ ਸੀ ਹਨਾ ਤੇ ਉਹ ਸਾਰਾ ਦਿਨ ਹੀ ਕੰਮ ਕਰੀ ਜਾਂਦੇ ਨਾਲੇ ਉਹ ਥੱਕਦੇ ਵੀ ਨਹੀਂ ਸੀ ਹੁੰਦੇ ਹਨਾ ਨਾ ਆਖਦੇ ਸੀ ਨਾ ਕਿ ਇੰਨਾ ਸਬਰ ਹੁੰਦਾ ਸੀ ਹਨਾ ਤੇ ਹੁਣ ਜੇ ਕੰਮ ਕਰਨਾ ਪੈ ਜੇ ਤੇ ਅਗਲਾ ਜਲਦੀ ਕਹਿ ਦਿੰਦੇ ਮੈਂ ਤਾਂ ਥੱਕ ਗਿਆ ਤੇ ਮੈਂ ਸਵੇਰ ਦਾ ਲੱਗਿਆ ਪਿਆ ਕੰਮ ਕਰਨਾ ਹਜੇ ਮੈਂ ਕਰੀ ਜਾਵਾਂ ਇੰਨਾ ਟਾਈਮ ਤਾਂ ਹੋ ਗਿਆ ਮੈਨੂੰ ਕਰਨ ਨੂੰ ਹਨਾ ਵੀ ਇੰਨੇ ਟਾਈਮ ਕੀ ਆਪਾਂ ਹੱਕ ਜੰਦੇ ਹੁਣ ਤੇ ਪਹਿਲਾਂ ਤਾਂ ਬੁੜੀਆਂ ਸਾਰਾ ਸਾਰਾ ਦਿਨ ਹੀ ਕੰਮ ਕਰਦੀਆਂ ਸੀ ਹਨਾ ਤੇ ਉਹਨਾਂ ਨੂੰ ਹੀ ਹੁੰਦਾ ਸੀਗਾ ਵੀ ਜੇ ਹੁਣ ਆਪਾਂ ਨੂੰ ਕੋਈ ਕਹ ਦੇਣਾ ਪਹਿਲਾਂ ਤਾਂ ਬੱਚਿਆਂ ਨੂੰ ਆਪਾਂ ਕੰਮ ਲਾਉਂਦੇ ਸੀ ਹਨਾ ਬੱਚੇ ਵੀ ਕਦੇ ਨਹੀਂ ਕਹ ਕਰਾਂਗੇ ਹਨ ਤੇ ਹੁਣ ਦੇ ਬੱਚਿਆਂ ਨੂੰ ਜੇ ਆਪਾਂ ਕੰਮ ਲਾਈਏ ਨਾ ਤੇ ਅਗਲਾ ਕਹਿੰਦਾ ਵੀ ਨਹੀਂ ਇਹ ਮੇਰੀ ਮਾਂ ਨਹੀਂ ਹੈਗੀ ਇਹ ਤਾਂ ਕੋਈ ਮਤਰੀ ਮਾਂ ਮੇਰੀ ਹੈ ਨਾ ਜਿਹੜੀ ਮੈਨੂੰ ਕੰਮ ਲਾਉਂਦੀ ਹੈਗੀ ਕਿਉਂਕਿ ਮਾਵਾਂ ਕੰਮ ਲਾਉਂਦੀਆਂ ਹੀ ਨਹੀਂ ਆਪਣੇ ਪਿੰਡਾਂ ਦੇ ਵਿੱਚ ਨਾ ਜੇ ਕੋਈ ਕੁੜੀ ਤੋਂ ਕੰਮ ਕੋਈ ਲੜਕਾ ਕਰਾਈ ਜਾਂਦਾ ਹੈ ਨਾ ਤਾਂ ਆਪਣੇ ਕਹਿ ਦਿੰਦੇ ਵੀ ਸਾਡੇ ਸਿਰ ਭਾਰ ਚੜ ਜੂਗਾ ਵੀ ਅਸੀਂ ਕੁੜੀਆਂ ਤੋਂ ਕੰਮ ਨਹੀਂ ਕਰਾਉਣਾ ਹੈਗਾ ਹਨਾ ਤੇ ਫਿਰ ਤੁਸੀਂ ਇਹ ਦੇਖੋ ਨਾ ਵੀ ਜਿਹੜੀ ਔਰਤ ਘਰੇ ਕੰਮ ਕਰੀ ਜਾਂਦੀ ਉਹ ਵੀ ਕਿਸੇ ਦੀ ਕੁੜੀ ਆ ਹਨਾ ਤੇ ਵੀ ਆਪਾਂ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਇੱਕ ਸਬਰ ਤੇ ਸ਼ਾਇਨਸ਼ੀਲਤਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਲਈ ਤੇ ਇਸ ਦੇ ਨਾਲ ਹੀ ਭੈਣ ਤੁਸੀਂ ਸਾਨੂੰ ਆਪਣਾ ਵਕਤ ਦਿੱਤਾ ਸਾਡੇ ਨਾਲ ਸਾਂਝ ਬਣਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਗੱਲਬਾਤ ਕੀਤੀ ਕਿ ਇੱਕ ਇਨਸਾਨ ਦੇ ਅੰਦਰ ਕਿੰਨਾ ਸਬਰ ਹੋਣਾ ਚਾਹੀਦਾ ਕਿਉਂ ਨੂੰ ਕੀ ਹੈ ਕਿਸੇ ਦੀ ਉੱਤੇ ਇੱਕ ਹਾਵੀ ਨਾ ਹੋਣਾ ਪਵੇ ਤੇ ਉਹ ਖੁਦ ਇੰਡੀਪੈਂਡੈਂਟ ਹੋਵੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤਾਂ ਤੁਸੀਂ ਵਿਰਾਸਤ মিডিਆ ਕੈਨੇਡਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ Facebook ਪੇਜ ਫੋਲੋ ਕਰ ਸਕਦੇ ਹੋ ਤਦ ਤੱਕ ਲਈ ਦੇਖਦੇ ਰਹੋ ਵਿਰਾਸਤ TV ਸਾਡੀ ਵਿਰਾਸਤ ਸਾਡੀ ਪਹਿਚਾਣ